ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਾਈ ਸਤਿ ਸ੍ਰੀ ਅਕਾਲ ਤੇ ਜੀ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਸੁਸ਼ੀਲ ਦੋਸਾਂਝ ਚੰਡੀਗੜ੍ਹ ਤੋਂ ਤੇ ਸਾਨੂੰ ਦੱਸਣਗੇ ਕਿ ਜੀ ਉੱਥੇ ਖਬਰਾਂ ਦੇ ਪਿੱਛੇ ਕੀ ਕੁਛ ਲੁਕਿਆ ਹੁੰਦਾ ਪੰਜਾਬੀ ਰੇਡੀਓ ਜੋ ਐਸ ਨੂੰ ਤੁਸੀਂ ਸੁਣ ਸਕਦੇ ਜੀ ਰੇਡੀਓ ਸੈੱਟ ਤੇ ਨੈੱਟ ਤੇ ਫੋਨ ਤੇ ਨੈੱਟ ਤੇ ਸੁਣ ਲਈ www.punjabiradiojose.com ਜੇ ਤੁਸੀਂ ਪੰਜਾਬੀ ਰੇਡੀਓ ਜੋ ਐਸ ਨੂੰ ਫੋਨ 'ਤੇ ਸੁਣਨਾ ਹੈ ਤਾਂ ਫੋਨ ਨੰਬਰ ਡਾਇਲ ਕਰ ਸਕਦੇ ਜੀ 832-551-5029 8325515029 6054756868 ਪੰਜਾਬੀ ਰੇਡੀਓ ਜੋ ਐਸ ਨੂੰ ਤੁਸੀਂ ਸੁਣ ਸਕਦੇ ਜੀ ਨੈੱਟ 'ਤੇ www.punjabiradiojose.com ਤੇ ਅਤੇ ਜੀ ਧੰਨਵਾਦ ਦੀਆਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਖਬਰ 'ਤੇ ਨਜ਼ਰ ਦੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰਜੇ ਵਾਲਿਆਂ ਨੇ ਜੋ ਓਬਾਮਾ ਕੇਅਰ ਦੀਆਂ ਐਪਲੀਕੇਸ਼ਨਾਂ ਭਰਦੇ ਨੇ ਫੋਨ ਨੰਬਰ ਉਹਨਾਂ ਦਾ 4082722500 ਹਰਦੀਪ ਸਿੰਘ ਜੀ ਕਰਮਪਾਲ ਸਿੰਘ ਅਤੇ ਜਸਜੀਤ ਕੌਰ ਜੀ ਸਤਨਾਮ ਸਿੰਘ ਸ਼ੇਰਗਿੱਲ ਮੰਜਲ ਬ੍ਰਦਰਸ ਦਲੀਪ ਸਿੰਘ ਅਤੇ ਅਵਤਾਰ ਸਿੰਘ ਜੀ ਰਜਿੰਦਰ ਕੌਰ ਜੀ ਰਜਿੰਦਰ ਕੁਮਾਰ ਜੀ ਬਲਵਿੰਦਰ ਸਿੰਘ ਭੇਲਾ ਬਹੁਤ ਬਹੁਤ ਧੰਨਵਾਦ ਦੀਆਂ ਸੁਸ਼ੀਲ ਦੋਸਾਂਝ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ ਤੇ ਪੰਜਾਬੀ ਰੇਡੀਓ ਯੂਐਸਏ ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦੋਸਾਂਝ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਤੇ ਨਮਸਕਾਰ ਜੀ ਫਿਰ ਦੋਸਤੋ ਜਿਵੇਂ ਬਲਵਿੰਦਰ ਹੋਰਾਂ ਨੇ ਦੱਸਿਆ ਕਿ ਖਬਰ ਤੇ ਨਜ਼ਰ ਚ ਅਸੀਂ ਖਬਰਾਂ ਤੋਂ ਬਾਹਰ ਵੀ ਬਹੁਤ ਕੁਝ ਵਾਪਰਦਾ ਜਾਂ ਖਬਰਾਂ ਦੇ ਥੱਲੇ ਵੀ ਕੁਝ ਚੀਜ਼ਾਂ ਜਿਹੜੀਆਂ ਤੈਰਦੀਆਂ ਉਹਨਾਂ ਨੂੰ ਦੇਖਣ ਦਾ ਯਤਨ ਕਰਦੇ ਆ ਸੋ ਅੱਜ ਦੇ ਖਬਰਸਾਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਵੀ ਪੰਜਾਬ ਤੋਂ ਲੈ ਕੇ ਦੇਸ਼ ਦੀ ਰਾਜਨੀਤੀ ਜਿਹੜੀ ਹੈ ਉਹਦਾ ਜ਼ਿਕਰ ਅਸੀਂ ਕਰਾਂਗੇ ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਬਲਵਿੰਦਰ ਜੀ ਜੀ ਸੁਸ਼ੀਲ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਇਲੈਕਸ਼ਨਾਂ ਹੋਈਆਂ ਉੱਥੇ ਵੋਟਾਂ ਪਈਆਂ ਆ ਉਸ ਦੀ ਡਿਟੇਲ ਜ਼ਰੂਰ ਦਿਓ ਦੇਖੋ ਗੱਲ ਇਹ ਹੈ ਕਿ ਭਾਰਤ ਦੇ ਵਿੱਚ ਵੱਖ ਵੱਖ ਸੂਬਿਆਂ ਦੇ ਵਿੱਚ ਜਿਹੜੀਆਂ ਚੋਣਾਂ ਹੋ ਰਹੀ ਆ ਪਿਛਲੇ ਦਿਨਾਂ ਦੇ ਵਿੱਚ ਹਰਿਆਣਾ ਤੇ ਮਹਾਰਾਸ਼ਟਰ ਦੇ ਵਿੱਚ ਵੀ ਚੋਣਾਂ ਹੋਈਆਂ ਪਰ ਅੱਜ ਜਦੋਂ ਆਪਾਂ ਗੱਲ ਕਰ ਰਹੇ ਜੰਮੂ ਕਸ਼ਮੀਰ ਦੀ ਤੇ ਨਾਲ ਹੀ ਝਾਰਖੰਡ ਦੇ ਵਿੱਚ ਵੀ ਵੋਟਿੰਗ ਹੋਈ ਹੈ ਜੀ ਪਰ ਜਿਹੜੀ ਝਾਰਖੰਡ ਜਾਂ ਇਸ ਤੋਂ ਪਹਿਲਾਂ ਵੋਟਾਂ ਜਿਹੜੀਆਂ ਪਈਆਂ ਹਰਿਆਣਾ ਤੇ ਮਹਾਰਾਸ਼ਟਰ ਚ ਉਹਨਾਂ ਨਾਲੋਂ ਜਿਹੜੀ ਜੰਮੂ ਕਸ਼ਮੀਰ ਦੀ ਵੋਟਿੰਗ ਆ ਬਹੁਤ ਵੱਖਰਾ ਪੈਟਰਨ ਹੈ ਉੱਥੇ ਤੇ ਦੂਜੀ ਗੱਲ ਪੈਟਰਨ ਵੀ ਵੱਖਰਾ ਮਾਹੌਲ ਵੀ ਵੱਖਰਾ ਇਸ ਕਰਕੇ ਬਾਕੀ ਮੁਲਕ ਨਾਲੋਂ ਵੱਖਰੀ ਚਰਚਾ ਦੀ ਇੱਕ ਡਿਮਾਂਡ ਜਿਹੜੀ ਜੰਮੂ ਕਸ਼ਮੀਰ ਦੀ ਹੈ ਕਿਉਂਕਿ ਜੰਮੂ ਕਸ਼ਮੀਰ ਦੇ ਹਾਲਾਤ ਜਿਹੜੇ ਠੀਕ ਨੇ ਪਿਛਲੇ 20-25 ਸਾਲ ਤੋਂ ਜੰਮੂ ਕਸ਼ਮੀਰ ਦੇ ਵਿੱਚ ਦਹਿਸ਼ਤ ਦਾ ਰਾਜ ਹੈ ਦੋਵੇਂ ਪਾਸੋਂ ਦੀ ਦਹਿਸ਼ਤ ਹੈ ਲੋਕ ਦੋਨੋਂ ਪਾਸਿਆਂ ਦੀ ਦਹਿਸ਼ਤ ਤੋਂ ਦੁਖੀ ਹੈ ਇੱਕ ਦਹਿਸ਼ਤ ਉੱਥੇ ਵੱਖਵਾਦੀ ਲੋਕਾਂ ਦੀ ਹੈ ਸੋਕਾਰ ਜਿਹੜੇ ਤੱਤੇ ਕਿਸਮ ਦੇ ਰਾਜਨੇਤਾ ਹੈਗੇ ਉਹਨਾਂ ਦੀ ਦਹਿਸ਼ਤ ਹੈ ਬੰਦੂਕ ਦੀ ਦਹਿਸ਼ਤ ਹੈ ਦੂਜੇ ਪਾਸੇ ਜਿਹੜੀਆਂ ਫੋਰਸਿਸ ਲੱਗੀਆਂ ਉੱਥੇ ਆਰਮੀ ਹੈ ਜਾਂ CRP ਹੈ ਉਹ ਵੀ ਉਹਨਾਂ ਦੀ ਵੀ ਇੱਕ ਦਹਿਸ਼ਤ ਉੱਥੇ ਹੈਗੀ ਹੈ ਜਦੋਂ ਪੰਜਾਬ ਨੇ ਵੀ ਇਹ ਸੰਤਾਪ ਫੈਲਾਇਆ ਸੀ ਸੋ ਜੰਮੂ ਕਸ਼ਮੀਰ ਦੀ ਹਾਲਤ ਬਿਲਕੁਲ ਵੱਖਰੀ ਹੈ ਜੀ ਇਸ ਕਰਕੇ ਸਾਨੂੰ ਉਹਦੀ ਵੱਖਰੀ ਗੱਲ ਕਰਨੀ ਪੈ ਰਹੀ ਹੈ ਤੇ ਜਦੋਂ ਹੁਣ ਵੋਟਾਂ ਦਾ ਪਹਿਲਾ ਗੇੜ ਮੁੱਕਿਆ 5 ਗੇੜਾਂ 'ਚ ਵੋਟਾਂ ਪੈਣੀਆਂ ਤੇ ਜੰਮੂ ਕਸ਼ਮੀਰ ਤੇ ਝਾਰਖੰਡ ਦੇ ਵਿੱਚ ਜਿੱਦਾਂ ਦੀ ਸਾਡੇ ਕੋਲ ਰਿਪੋਰਟ ਹੈ ਕਾਫੀ ਵੱਡੀ ਗਿਣਤੀ 'ਚ ਵੋਟਾਂ ਪਈਆਂ 87 ਸੀਟਾਂ ਕੁੱਲ ਹੈ ਜੰਮੂ ਕਸ਼ਮੀਰ 'ਚ 15 ਸੀਟਾਂ ਲਈ ਜਿਹੜਾ ਆ ਵੋਟਿੰਗ ਹੋਈ ਹੈ ਕੱਲ ਪਹਿਲੇ ਗੇੜ 'ਚ ਤੇ ਰਿਕਾਰਡ ਵੋਟਿੰਗ ਹੋਈ ਹੈ 74% ਤੋਂ ਜ਼ਿਆਦਾ ਵੋਟਿੰਗ ਹੋਈ ਹੈ ਪਿਛਲੇ ਸਾਲ ਇਹਨਾਂ ਸੀਟਾਂ ਦੇ ਉੱਤੇ 64% ਵੋਟਾਂ ਪਈਆਂ ਸੀ ਪਿਛਲੀ ਵਾਰੀ ਹੁਣ 71.28% ਵੋਟਿੰਗ ਹੋਈ ਹੈ ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਵੀ ਜੰਮੂ ਕਸ਼ਮੀਰ ਦੀ ਜਨਤਾ ਨੇ ਇੱਕ ਪਾਸੇ ਦਹਿਸ਼ਤ ਹੈ ਦੋਵਾਂ ਪਾਸਿਆਂ ਦੀ ਸਰਕਾਰੀ ਤੇ ਗੈਰ ਸਰਕਾਰੀ ਦਹਿਸ਼ਤ ਦੂਜੇ ਪਾਸੇ ਜਿਹੜੇ ਕੁਝ ਲੋਕ ਜਿਹੜੇ ਉੱਥੇ ਵੋਟਾਂ ਦਾ ਬਾਈਕਾਟ ਦਾ ਸੱਦਾ ਦੇ ਰਹੇ ਸੀ ਉਹਦੇ ਬਾਵਜੂਦ ਦਹਿਸ਼ਤਗਰਦੀ ਤੇ ਵੋਟ ਦੀ ਸੱਤ ਜਿਹੜੀ ਹੈ ਉੱਥੇ ਲੱਗੀ ਹੈ ਤੇ ਰਿਕਾਰਡ ਪੋਲਿੰਗ ਉੱਥੇ 71.9
2.8 ਫੀਸਦੀ ਜਿਹੜੀ ਹੋ ਗਈ ਹੈ। ਲਾਜ਼ਮੀ ਤੌਰ ਦੇ ਉੱਤੇ ਇਹ ਇੱਕ ਕ੍ਰੈਡਿਟ ਜਾਂਦਾ ਹੈ ਉੱਥੋਂ ਦੀ ਜਨਤਾ ਦੇ ਸਿਰ ਦੇ ਉੱਤੇ ਕਿ ਜਨਤਾ ਨਿਕਲੀ ਵੋਟਾਂ ਪਾਉਣ ਵਾਸਤੇ ਉਸ ਦਹਿਸ਼ਤ ਦੇ ਮਾਹੌਲ ਦੇ ਵਿੱਚ ਵੀ ਜਿੱਥੋਂ ਲੋਕ ਗੋਲੀ ਤੋਂ ਡਰ ਰਹੇ ਹੈ ਕਿ ਪਤਾ ਨੀ ਗੋਲੀ ਕਿੱਧਰੋਂ ਆ ਜਾਣੀ ਹੈ, ਖਬਰੇ ਇਸ ਪਾਸੋਂ ਆ ਜਾਣੀ, ਖਬਰੇ ਦੂਜੇ ਪਾਸੋਂ ਆ ਜਾਣੀ ਹੈ। ਸੋ ਪੋਲਿੰਗ ਪਿਛਲੀਆਂ ਚੋਣਾਂ ਦੇ ਮੁਕਾਬਲੇ ਵੱਡੇ ਪੱਧਰ ਤੇ ਹੋਈ। ਦੂਜੀ ਗੱਲ, ਇਹ ਚੋਣਾਂ ਹੁਣ ਤੱਕ ਜਿਹੜੀਆਂ ਚੋਣਾਂ ਹੋਈਆਂ ਜਦੋਂ ਤੋਂ ਦਹਿਸ਼ਤਗਰਦੀ ਦਾ ਦੌਰ ਜੰਮੂ ਕਸ਼ਮੀਰ ਚ ਹੈ, ਹੁਣ ਤੱਕ ਦੀਆਂ ਸਭ ਤੋਂ ਅਮਨ ਪੂਰਵਕ ਚੋਣਾਂ ਹੋਈਆਂ, ਪੀਸਫੁਲ ਚੋਣਾਂ ਮੰਨੀਆਂ ਗਈਆਂ। ਇੱਕ ਵੀ ਦਹਿਸ਼ਤੀ ਘਟਨਾ ਇਹਨਾਂ ਚੋਣਾਂ ਚ ਜਿਹੜੀ ਇਹਨਾਂ ਵੋਟਾਂ ਦੇ ਦਾਨ ਕਰਨ ਲਈ ਵਾਪਰੀ। ਪਹਿਲੀ ਵਾਰ ਹੈ ਕਿ ਇੱਕ ਵੀ ਹਲਕੇ ਚ ਜਿਹੜਾ ਵੱਖਵਾਦੀਆਂ ਨੇ, ਜਿਹੜੇ ਕੁਝ ਜਥੇਬੰਦੀਆਂ ਚ ਉਹਨਾਂ ਨੇ ਕਿਹਾ ਸੀ ਵੋਟਾਂ ਦਾ ਬਾਈਕਾਟ ਕਰੋ, ਇੱਕ ਵੀ ਹਲਕੇ ਚ ਬਾਈਕਾਟ ਦਾ ਕੋਈ ਅਸਰ ਨਹੀਂ ਦਿਖਾਈ ਦਿੱਤਾ। ਤੇ ਇੱਕ ਜਿਹੜੀ ਗੱਲ ਜਿਹੜੀ ਇਹਦੇ ਚ ਇਹ ਹੈ ਕਿ ਇਹ ਸੰਭਾਵਨਾ ਸੀ ਕਿ ਭਾਰਤੀ ਜਨਤਾ ਪਾਰਟੀ ਜਿੱਦਾਂ ਮਹਾਰਾਸ਼ਟਰ ਜਾਂ ਹਰਿਆਣੇ ਦੇ ਵਿੱਚ ਇਕੱਲਿਆਂ ਤੌਰ ਦੇ ਉੱਤੇ ਸਰਕਾਰ ਬਣਾਉਣ ਚ ਸਫਲ ਹੋਏ ਹੈ, ਇੱਡੇ ਉਹਨਾਂ ਨੇ ਇੱਕ 50+ ਦਾ ਟਾਰਗੇਟ ਜੰਮੂ ਕਸ਼ਮੀਰ ਚ ਵੀ ਮਿੱਥਿਆ ਹੋਇਆ। ਤੇ ਸੰਭਾਵਨਾ ਸੀ ਕਿ ਜਿਹੜਾ ਬਾਈਕਾਟ ਹੈ ਉਹ ਹੱਕ ਚ ਜਾ ਸਕਦਾ ਬੀਜੇਪੀ ਦੇ, ਕਿਉਂਕਿ ਮੁਸਲਿਮ ਵੋਟ ਜੇ ਬਾਈਕਾਟ ਕਰ ਗਈ ਤਾਂ ਲਾਜ਼ਮੀ ਤੌਰ ਦੇ ਉੱਤੇ ਵੋਟਿੰਗ ਪਰਸੈਂਟ ਘਟੇਗਾ ਤੇ ਹਿੰਦੂ ਵੋਟਾਂ ਦਾ ਧਰੁਵੀਕਰਨ ਹੋਏਗਾ, ਲਾਭ ਲਏਗੀ। ਪਰ ਪਹਿਲੇ ਗੇੜ ਦੀਆਂ ਵੋਟਾਂ ਤੋਂ ਬਾਈਕਾਟ ਦਿਖਾਈ ਨਹੀਂ ਦਿੱਤਾ। ਤੇ ਵੱਖਰੀ ਗੱਲ ਹੈ ਕਿ ਬੀਜੇਪੀ ਦੇ ਹੱਕ ਚ ਗੱਲ ਜਾਂਦੀ ਹੈ ਕਿ ਕਸ਼ਮੀਰੀ ਪੰਡਿਤਾਂ ਦੇ ਵਿੱਚ ਉੱਥੇ ਵੋਟਾਂ ਪਾਉਣ ਚ ਬਹੁਤ ਜ਼ਿਆਦਾ ਉਤਸ਼ਾਹ ਦੇਖਿਆ ਗਿਆ। ਤੇ ਪਾਕਿਸਤਾਨ ਦਾ ਮੀਡੀਆ ਜਿਹੜਾ ਉਹਨੇ ਵੀ ਕਸ਼ਮੀਰ ਘਾਟੀ ਦੇ ਵਿੱਚ ਜਿਹੜੀਆਂ ਵੋਟਾਂ ਪੈ ਰਹੀਆਂ ਇਹਦੇ ਚ ਬੀਜੇਪੀ ਦੀ ਮਜ਼ਬੂਤੀ ਦੇ ਆਸਾਰ ਦੱਸਦੇ ਆ। ਜੰਮੂ ਕਸ਼ਮੀਰ ਦੀਆਂ ਚੋਣਾਂ ਦੀਆਂ ਖ਼ਬਰਾਂ ਪਾਕਿਸਤਾਨੀ ਮੀਡੀਆ ਬਹੁਤ ਪ੍ਰਮੁੱਖਤਾ ਨਾਲ ਛਾਪ ਰਿਹਾ ਹੈ। Dawn.com ਤੇ Tribune.com ਵਰਗੀ ਜਿਹੜੀ ਵੈਬਸਾਈਟ ਹੈ ਇਹਨਾਂ ਨੇ ਵੀ ਜੰਮੂ ਕਸ਼ਮੀਰ ਚ ਪਹਿਲੀ ਵਾਰ ਬੀਜੇਪੀ ਦੀ ਸਰਕਾਰ ਬਣਨ ਦੀ ਸੰਭਾਵਨਾ ਪ੍ਰਗਟ ਕੀਤੀ ਹੈ। ਸੋ ਇਹਦੇ ਚ ਤੁਸੀਂ ਦੇਖ ਸਕਦੇ ਹੋ ਬੀਜੇਪੀ ਕਿੰਨਾ ਖਿਲਾਫ਼ ਹੋ ਜਾਂਦੀ ਕਿੰਨਾ ਨਹੀਂ ਅਗਲੇ ਗੇੜਾਂ ਚ ਪਤਾ ਲੱਗੇਗਾ। ਪਰ ਪਹਿਲੇ ਗੇੜ ਦੇ ਵਿੱਚ ਬਾਈਕਾਟ ਦਾ ਕੋਈ ਅਸਰ ਨਹੀਂ ਹੋਇਆ, ਦਹਿਸ਼ਤ ਦਾ ਕੋਈ ਅਸਰ ਨਹੀਂ ਹੋਇਆ, ਲੋਕਾਂ ਨੇ ਘਰਾਂ ਤੋਂ ਨਿਕਲ ਕੇ ਰਿਕਾਰਡ ਪੋਲਿੰਗ ਕੀਤੀ ਹੈ ਜਿਹਨੂੰ ਤੁਸੀਂ ਡੈਮੋਕ੍ਰੇਸੀ ਦੀ ਜਿੱਤ ਦੇ ਰੂਪ ਦੇ ਵਿੱਚ ਦੇਖ ਸਕਦੇ ਹੋ। ਅਜੀਤ, ਅੱਗੇ ਗੱਲ ਕਰੀਏ, ਜਿਵੇਂ ਨਵਜੋਤ ਸਿੱਧੂ ਬਹੁਤ ਬੋਲ ਰਿਹਾ ਪਰ ਬਾਦਲ ਸਾਹਿਬ ਕੁਛ ਚੁੱਪ ਚਾਪ ਹੀ ਹੈਗੇ ਆ, ਪਰ ਅੰਦਰ ਗਤੀ ਬੜਾ ਇਹ ਮਾਮਲਾ ਭਖਿਆ ਹੋਇਆ ਆ। ਕੁਛ ਕਿਤੇ ਅਕਾਲੀ ਤੌਰ ਦਿੱਤੇ ਜੇ ਅਕਾਲ ਤਖ਼ਤ ਵਾਰ ਕੇਸ ਨੂੰ ਚੁੱਪ ਕਰਾਇਆ ਜਾਵੇ, ਤੇ ਕੁਛ ਕੁ ਉਸ ਦੀਆਂ ਸ਼ਿਕਾਇਤਾਂ ਲਾਈਆਂ ਜਾ ਰਹੀਆਂ ਨੇ ਜੀ ਭਾਜਪਾ ਦੇ ਕੋਲ ਕਿ ਨਵਜੋਤ ਸਿੱਧੂ ਨੂੰ ਕਿਸੇ ਨਾ ਕਿਸੇ ਤਰ੍ਹਾਂ ਚੁੱਪ ਕਰਾਓ। ਗੱਲ ਇਹ ਹੈ ਕਿ ਮੈਂ ਥੋੜੀ ਵੱਖਰੀ ਗੱਲ ਕਰਨੀ ਚਾਹੁੰਦਾ ਜੀ। ਗੱਲ ਇਹ ਹੈ, ਨੋ ਡਾਊਟ ਜਦੋਂ ਕੋਈ ਵਿਅਕਤੀ ਬਹੁਤ ਬੋਲਦਾ ਤੇ ਕਈ ਵਾਰ ਉਹਦੀ ਜ਼ੁਬਾਨ ਫਿਸਲ ਜਾਂਦੀ ਹੈ ਜੀ, ਉਹਦੇ ਤੋਂ ਕੋਈ ਗੱਲ ਗਲਤ ਨਿਕਲਦੀ, ਬਹੁਤ ਵਾਰ ਬਾਦਲ ਸਾਹਿਬ ਦੇ ਮੂੰਹੋਂ ਵੀ ਕੁਛ ਚੀਜ਼ਾਂ ਗਲਤ ਨਿਕਲਦੀਆਂ ਰਹੀਆਂ। ਸੁਖਬੀਰ ਬਾਦਲ ਹੋਰਾਂ ਦੇ ਮੂੰਹ ਤੋਂ ਵੀ ਕਈ ਵਾਰ ਜਦੋਂ ਤੁਸੀਂ ਸਟੇਜ ਤੇ ਭਾਸ਼ਣ ਕਰਦੇ ਹੋ ਨਾ ਤੇ ਕਈ ਵਾਰ ਜੋ ਸੋਚਾਂ ਹੁੰਦਾ ਉਹ ਨਹੀਂ ਬੋਲਿਆ ਜਾਂਦਾ, ਕੁਝ ਹੋਰ ਹੀ ਕੁਝ ਗੱਲ ਕਿਹਾ ਹੋ ਜਾਂਦੀ, ਹੋ ਜਾਂਦਾ ਇਹ ਜਿਹਦੀ ਜ਼ੁਬਾਨ ਫਿਸਲ ਜਾਵੇ ਤੇ ਜਿੱਦਾਂ ਉਹ ਮੰਨ ਜਾਵੇ ਤੇ ਮੇਰੇ ਤੋਂ ਗਲਤ ਹੋਵੇ ਤੇ ਗੱਲ ਮੈਨੂੰ ਲੱਗਦਾ ਨਵੇੜ ਦੇਣੀ ਚਾਹੀਦੀ ਆ। ਇਹਨੇ ਨਵਜੋਤ ਸਿੱਧੂ ਨੇ ਗੁਰਬਾਣੀ ਦੀ ਤੁੱਕ ਜਿਹੜੀ ਆ ਉਹਨੂੰ ਵਿਗਾੜ ਕੇ ਪੇਸ਼ ਕੀਤਾ ਤੇ ਉਹਨੇ ਮਾਫ਼ੀ ਵੀ ਮੰਗ ਲਈ। ਮੈਨੂੰ ਯਾਦ ਹੀ ਆਉਂਦਾ ਵੀ ਅੱਜ ਜਦੋਂ ਅਸੀਂ ਦੇਖ ਰਹੇ ਹਾਂ ਕਿ ਨਵਜੋਤ ਸਿੰਘ ਸਿੱਧੂ ਨੂੰ ਅਕਾਲ ਤਖ਼ਤ ਸਾਹਿਬ ਤੋਂ ਵੀ ਬੁਲਾਉਣ ਦੀ ਮੰਗ ਉੱਠ ਰਹੀ ਹੈ, ਵੱਖ ਵੱਖ ਸਿੱਖ ਜਥੇਬੰਦੀਆਂ ਵੀ ਜਿਹੜੀਆਂ ਉਹ ਨਵਜੋਤ ਸਿੰਘ ਸਿੱਧੂ ਦੇ ਪੁਤਲੇ ਫੂਕਣ ਡਈਆਂ ਹੈ, ਉਹਨਾਂ ਦਾ ਅਧਿਕਾਰ ਹੈ, ਠੀਕ ਹੈ, ਜਮਹੂਰੀਅਤ ਦੇ ਵਿੱਚ ਸਾਰਿਆਂ ਨੂੰ ਅਧਿਕਾਰ ਹੈ ਵੀ ਤੁਸੀਂ ਵਿਰੋਧ ਪ੍ਰਗਟ ਕਰ ਸਕਦੇ ਹੋ, ਪਰ ਇਹ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਸੀਂ ਅਤੀਤ ਦੇ ਵਿੱਚ ਕੀ ਕੀਤਾ। ਮੈਨੂੰ ਇਹ ਯਾਦ ਆਉਂਦਾ ਹੈ ਕਿ ਹਲੇ ਬਹੁਤਾ ਸਮਾਂ ਨਹੀਂ ਹੋਇਆ, ਵਿਕਰਮ ਸਿੰਘ ਮਜੀਠੀਆ ਨੇ ਵੀ ਗੁਰਬਾਣੀ ਦੀਆਂ ਤੁੱਕਾਂ ਨੂੰ ਬੜੇ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਸੀ, ਉਹਦੀ ਵੀਡੀਓ ਵਾਇਰਲ ਹੋ ਗਈ ਦੁਨੀਆਂ ਭਰ ਚ, ਲੋਕਾਂ ਨੇ ਉਹ ਦੇਖੀ। ਉਹਦੇ ਖਿਲਾਫ਼ ਤਾਂ ਕਿਸੇ ਵੀ ਸਿੱਖ ਜਥੇਬੰਦੀ ਨੇ ਕੋਈ ਧਰਨਾ ਨਹੀਂ ਲਾਇਆ, ਵਿਕਰਮ ਸਿੰਘ ਮਜੀਠੀਆ ਦਾ ਕੋਈ ਪੁਤਲਾ ਨਹੀਂ ਫੂਕਿਆ, ਕਿਸੇ ਨੇ ਇਹ ਮੰਗ ਨਹੀਂ ਕੀਤੀ ਵੀ ਉਹਨੂੰ ਅਕਾਲ ਤਖ਼ਤ ਸਾਹਿਬ ਤੇ ਬੁਲਾਓ। ਮੇਰੀ ਕੋਈ ਨਵਜੋਤ ਸਿੰਘ ਸਿੱਧੂ ਨਾਲ ਕੋਈ ਨਿੱਜੀ ਪੱਧਰ ਤੇ ਕੋਈ ਸਾਂਝ ਥੋੜੋ ਆ, ਨਵਜੋਤ ਸਿੰਘ ਸਿੱਧੂ ਦੇ ਉਹਨਾਂ ਵਿਚਾਰਧਾਰਕ ਤੌਰ ਦੇ ਉੱਤੇ ਬਹੁਤ ਸਖ਼ਤ ਐਂਟੀ ਹੈ,
ਨਿੱਜੀ ਜੀਵਨ ਦੇ ਵਿੱਚ ਕੋਈ ਕਿਸੇ ਦਾ ਮਿੱਤਰ ਵੇਲੀ ਹੋ ਸਕਦਾ ਵੱਖਰਾ ਮਾਮਲਾ, ਪਰ ਜਿਹੜੀ ਨਵਜੋਤ ਸਿੰਘ ਸਿੱਧੂ ਦੀ ਵਿਚਾਰਧਾਰਾ ਆ ਭਾਰਤੀ ਜਨਤਾ ਪਾਰਟੀ ਦੀ, ਜਿਹਦੀ ਬੇਸ ਦੇ ਵਿੱਚ ਜਿਹਦੀ ਬੁਨਿਆਦ ਦੇ ਵਿੱਚ ਆਰ ਐਸ ਐਸ ਦੀ ਵਿਚਾਰਧਾਰਾ ਹੈ, ਹਿੰਦੂ ਹਿੰਦੀ ਹਿੰਦੁਸਤਾਨ ਦੀ ਵੀ, ਹਿੰਦੁਸਤਾਨ ਦੇ ਵਿੱਚ ਜਾਂ ਭਾਰਤ ਦੇ ਵਿੱਚ ਜਿਹੜੇ ਵੀ ਲੋਕ ਰਹਿਣਗੇ ਉਹ ਹਿੰਦੂਤਵ ਦੀ ਪਰੇਸ਼ਾਨੀ ਹੇਠ ਹੀ ਸਾਹ ਲੈਣਗੇ, ਘੱਟ ਗਿਣਤੀਆਂ ਨੂੰ ਇੱਕ ਨਿਭ ਕੇ ਰਹਿਣਾ ਪਏਗਾ। ਇਹ ਰਾਜਨੀਤੀ ਹੈ ਨਵਜੋਤ ਸਿੰਘ ਸਿੱਧੂ ਦੀ, ਉਸ ਰਾਜਨੀਤੀ ਨਾਲ ਸਾਡੀ ਤਾਂ ਕਿਸੇ ਕਿਸਮ ਦੀ ਕੋਈ ਸਾਂਝ ਨਹੀਂ ਹੋ ਸਕਦੀ, ਅਸੀਂ ਤਾਂ ਉਹਦੇ ਕੱਟੜ ਕਿਸਮ ਦੇ ਵਿਰੋਧੀ ਹਾਂ। ਪਰ ਇਸ ਗੱਲ ਦਾ ਜ਼ਰੂਰ ਸਵਾਲ ਉਠਾਉਂਦੇ ਹਾਂ ਵੀ ਜੋ ਜਿਹੜੀ ਗਲਤੀ ਨਵਜੋਤ ਸਿੰਘ ਸਿੱਧੂ ਨੇ ਕੀਤੀ ਉਹੀ ਗਲਤੀ 6 ਮਹੀਨੇ ਪਹਿਲਾਂ ਵਿਕਰਮ ਸਿੰਘ ਮਜੀਠੀ ਨੇ ਵੀ ਕੀਤੀ ਸੀ। ਮਜੀਠੀ ਦੇ ਖਿਲਾਫ਼ ਤਾਂ ਕੋਈ ਕਿਸੇ ਕਿਸਮ ਦਾ ਐਕਸ਼ਨ ਨਹੀਂ ਹੋਇਆ, ਕੌਣ ਲੋਕ ਨੇ ਹੁਣ ਨਵਜੋਤ ਸਿੰਘ ਸਿੱਧੂ ਦੇ ਖਿਲਾਫ਼ ਜਿਹੜੇ ਉਹਦੇ ਪੁਤਲੇ ਫੂਕਦੇ ਫਿਰਦੇ ਆ। ਇਸ ਤੋਂ ਪਤਾ ਲੱਗਦਾ ਕਿ ਸਰਕਾਰ ਕਿੰਨੀ ਔਖੀ ਹੈ ਨਵਜੋਤ ਸਿੰਘ ਸਿੱਧੂ ਤੋਂ। ਭਾਰਤੀ ਜਨਤਾ ਪਾਰਟੀ ਦਾ ਟਕਰਾਅ ਜਿਹੜਾ ਆ ਸ਼੍ਰੋਮਣੀ ਅਕਾਲੀ ਦਲ ਦਾ, ਜਿਹੜਾ ਸ਼ਾਇਦ ਟੁੱਟਣ ਦਾ ਕਾਰਨ ਬਣ ਜਾਵੇ ਆਉਣ ਵਾਲੇ ਦਿਨਾਂ ਦੇ ਵਿੱਚ, ਇਹਨਾਂ ਦਾ ਗੱਠਜੋੜ ਟੁੱਟ ਜਾਵੇ, ਉਹਦੇ 'ਚ ਅਕਾਲੀ ਦਲ ਨੂੰ ਇਹ ਲੱਗਣ ਲੱਗ ਪਿਆ ਜਾਂ ਬਾਦਲਾਂ ਨੂੰ ਲੱਗਣ ਲੱਗ ਪਿਆ ਵੀ ਇੱਕੋ ਇੱਕ ਕੰਡਾ ਸਾਡੇ ਰਾਹ ਦਾ ਉਹ ਹੈਗਾ ਨਵਜੋਤ ਸਿੰਘ ਸਿੱਧੂ, ਤੇ ਉਹਦੇ ਖਿਲਾਫ਼ ਫਿਰ ਉਹਨਾਂ ਨੇ ਜਿਹੜੀਆਂ ਉਹਨਾਂ ਦੀਆਂ ਜਥੇਬੰਦੀਆਂ, ਮੈਂ ਇਹ ਨਹੀਂ ਕਹਿੰਦਾ ਸਾਰੀਆਂ ਜਥੇਬੰਦੀਆਂ ਬਾਦਲ ਹੋਰਾਂ ਨੇ ਕਹੇ ਤੇ ਕੁਛ ਕਰ ਰਹੀਆਂ, ਪਰ ਕਈ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਬਿਨਾਂ ਕਹੇ ਵੀ ਲੋਕ ਕਰਦੇ ਆ। ਇੱਕ ਦੋ ਤਿੰਨ ਜਥੇਬੰਦੀਆਂ ਨੂੰ ਛੱਡ ਕੇ ਬਾਕੀ ਸਾਰੀਆਂ ਜਥੇਬੰਦੀਆਂ ਜਿਹੜੀਆਂ ਆ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਦਾ ਲਿੰਕ ਜਿਹੜਾ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਾ ਕੇ ਜੁੜਦਾ ਤੇ ਅਕਾਲ ਤਖ਼ਤ ਸਾਹਿਬ ਨੂੰ ਇਹਦੇ ਤੇ ਯੂਜ਼ ਕੀਤਾ ਜਾ ਰਿਹਾ। ਅਕਾਲ ਤਖ਼ਤ ਸਾਹਿਬ ਦੀ ਜਿਹੜੀ ਮਰਿਆਦਾ, ਜਿਹੜੀ ਸਾਡੀ ਧਰਤੀ ਦੀ ਮਰਿਆਦਾ ਹੈ, ਉਸ ਮਰਿਆਦਾ ਨੂੰ ਰਾਜਨੀਤੀ ਜਿਹੜੀ ਹੈ ਉਹ ਭੰਗ ਕਰ ਰਹੀ ਹੈ। ਮੈਂ ਅੱਗੇ ਵੀ ਕਈ ਵਾਰੀ ਕਿਹਾ ਵੀ ਰਾਜਨੀਤੀ ਤੇ ਧਰਮ ਦਾ ਸੁਮੇਲ ਜਿਹੜਾ ਆ ਕਿਸੇ ਲੈਵਲ ਤੇ ਕਿਸੇ ਪੱਧਰ ਤੇ ਤੁਸੀਂ ਉਹਨੂੰ ਜਸਟੀਫਾਈ ਕਰ ਸਕਦੇ ਹੋ ਸਮੇਂ ਦੇ ਮੁਤਾਬਕ, ਪਰ ਰਾਜਨੀਤੀ ਜਦੋਂ ਧਰਮ ਨੂੰ ਕੰਟਰੋਲ ਕਰ ਰਹੀ ਹੈ ਤੇ ਉਹ ਸਿੱਖ ਨਿਕਲਦੇ ਆ। ਅੱਜ ਅਕਾਲ ਤਖ਼ਤ ਸਾਹਿਬ ਤੋਂ ਫਤਵੇ ਜਾਰੀ ਹੋਣ, ਹੁਕਮਨਾਮੇ ਜਾਰੀ ਹੋਣ ਨਿੱਕੀ ਨਿੱਕੀ ਗੱਲ ਤੇ, ਤੇ ਫਿਰ ਉਹਨਾਂ ਫਤਵਿਆਂ ਜਾਂ ਹੁਕਮਨਾਮਿਆਂ ਨੂੰ ਮੰਨਿਆ ਨਾ ਜਾਵੇ ਥੱਲੇ ਤੱਕ, ਤਾਂ ਫਿਰ ਇਹ ਕਦਰ ਘਟਾਈ ਅਕਾਲ ਤਖ਼ਤ ਸਾਹਿਬ ਦੀ ਹੈ। ਸੋ ਜਿਹੜੀ ਰਾਜਨੀਤੀ ਆ ਜਦੋਂ ਕੰਟਰੋਲ ਕਰਦੀ ਹੈ ਧਰਮ ਨੂੰ ਤੇ ਇਸ ਤਰ੍ਹਾਂ ਦੇ ਸਿੱਟੇ ਨਿਕਲਦੇ ਆ। ਲੜਨਾ ਚਾਹੀਦਾ ਰਾਜਨੀਤੀ ਦੇ ਮੈਦਾਨ ਦੇ ਵਿੱਚ ਮੁੱਦਿਆਂ ਦੇ ਉੱਤੇ, ਜੇ ਅਕਾਲੀ ਦਲ ਨੂੰ ਲੱਗਦਾ ਬੀਜੇਪੀ ਦੇ ਨਾਲ ਉਹਨਾਂ ਦੀ ਸਾਂਝ ਨਹੀਂ ਪੁੱਗਦੀ ਤਾਂ ਲੌਜਿਕ ਦੇ ਨਾਲ ਤਰਕ ਦੇ ਨਾਲ ਉਹ ਸਾਂਝ ਤੋੜ ਦੇਣੀ ਚਾਹੀਦੀ ਹੈ। ਅਸੀਂ ਤਾਂ ਅੱਜ ਦੇ ਦੋੜੋ ਜਦ ਤੋਂ ਇਹਨਾਂ ਦੀ ਰਾਜਨੀਤਿਕ ਸਾਂਝ ਪਈ ਹੈ, ਅਸੀਂ ਤਾਂ ਉਦੋਂ ਤੋਂ ਕਹਿ ਰਹੇ ਹਾਂ ਵੀ ਇਹ ਕੋਈ ਸਿਧਾਂਤਕ ਸਾਂਝ ਨਹੀਂ, ਇਹ ਕੁਰਸੀ ਦੀ ਸਾਂਝ ਹੈ। ਬੀਜੇਪੀ ਦੀ ਸਮਝ ਉਹ ਆ ਜਿਹੜੀ ਮੈਂ ਹੁਣੇ ਡਿਸਕ੍ਰਾਈਬ ਕੀਤੀ ਹੈ ਵੀ ਕਿਵੇਂ ਹਿੰਦੂ ਹਿੰਦੂ ਹਿੰਦੁਸਤਾਨ ਦੀ ਰਾਜਨੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਮਝ ਇਹ ਹੈ ਕਿ ਜਿਹੜੇ ਸੂਬੇ ਆ ਉਹਨਾਂ ਨੂੰ ਅਧਿਕਾਰ ਚਾਹੀਦੇ ਆ। ਬੀਜੇਪੀ ਕਹਿੰਦੀ ਕੇਂਦਰ ਕੋਲ ਸਾਰੀ ਤਾਕਤ ਚਾਹੀਦੀ ਹੈ, ਇਹਨਾਂ ਦਾ ਕਾਹਦਾ ਮੇਲ ਹੈ? ਕੋਈ ਮੇਲ ਨਹੀਂ, ਸਿਰਫ ਕੁਰਸੀ ਦਾ ਇੱਕ ਮੇਲ ਹੈ ਇਹਨਾਂ ਦਾ, ਤੇ ਕੁਰਸੀ ਹੁਣ ਖੇਡਦੀ ਦੀਦੀ ਹੈ, ਕੁਰਸੀ ਡਾਵਾਡੋਲ ਹੋਈ ਪਈ ਹੈ। ਸੋ ਬੀਜੇਪੀ ਆਪਣੇ ਰਸਤੇ ਲੱਭ ਰਹੀ ਹੈ, ਅਕਾਲੀ ਦਲ ਆਪਣੇ ਰਸਤੇ ਲੱਭ ਰਿਹਾ, ਤੇ ਉਹਦੇ 'ਚ ਜਿਹੜਾ ਕੇਂਦਰ ਬਿੰਦੂ ਬਣਿਆ ਨਵਜੋਤ ਸਿੰਘ ਸਿੱਧੂ। ਸੋ ਅਲਟੀਮੇਟਲੀ ਮੈਂ ਸਮਝਦਾ ਕਿ ਰਾਜਨੀਤੀ ਦੇ ਵਿੱਚ ਸਿਧਾਂਤਕ ਰਾਜਨੀਤੀ ਦੀ ਵਾਪਸੀ ਹੋਣੀ ਚਾਹੀਦੀ ਹੈ, ਕੁਰਸੀ ਦੀ ਰਾਜਨੀਤੀ ਜਿਹੜੀ ਉਹਨੂੰ ਵੱਲ ਵਧਾ ਆਖਿਆ ਜਾਣਾ ਚਾਹੀਦਾ। ਪਰ ਬਦਕਿਸਮਤੀ ਹਿੰਦੁਸਤਾਨ ਦੀ ਇਹ ਹੈ ਵੀ ਚਾਹੇ ਪੰਜਾਬ 'ਚ ਅਕਾਲੀ ਦਲ ਹੈ, ਚਾਹੇ ਬੀਜੇਪੀ ਹੈ ਦੇਸ਼ ਦੇ ਵਿੱਚ, ਚਾਹੇ ਦੇਸ਼ 'ਚ ਕਾਂਗਰਸ ਪਾਰਟੀ ਹੈ, ਇਹਨਾਂ ਸਾਰੇ ਰਾਜਨੀਤਿਕ ਕੁਰਸੀ ਦੇ ਆਲੇ ਦੁਆਲੇ ਘੁੰਮਦੀ ਹੈ ਜੀ। ਹਾਂਜੀ, ਤੇ ਅੱਗੇ ਗੱਲ ਕਰੀਏ ਜੀ ਕਿਸਾਨਾਂ ਦੀ। ਕਿਸਾਨਾਂ ਦਾ ਬੜਾ ਮੰਦਾ ਹਾਲ ਆ, ਖੇਤੀਬਾੜੀ ਲਈ ਉਹਨਾਂ ਦੇ ਕੋਲ ਆ ਬਹੁਤਾ ਕੁਛ ਨਾ, ਤੇ ਸੈਂਟਰ ਹੀ ਕਰ ਰਿਹਾ ਆ ਤੇ ਨਾ ਕੋਈ ਪਹਿਲਾਂ ਕੀਤਾ ਹੈਗਾ ਜੀ ਆਪਣੇ ਸੂਬੇ ਦੀ ਸਰਕਾਰ ਨੇ, ਪਰ ਹੁਣ ਬਾਦਲ ਸਾਹਿਬ ਕੋਈ ਸਪੈਸ਼ਲ ਪੈਕੇਜ ਮੰਗ ਰਹੇ ਉਹਨਾਂ ਦੇ। ਪੰਜਾਬ ਦਾ ਕਿਸਾਨ ਜਿਹੜਾ ਆ ਉਹ ਦੇਸ਼ ਦੇ ਕਿਸਾਨ ਤੋਂ ਵੱਖਰੇ ਹਾਲਾਤ ਵਾਲਾ ਨਹੀਂ। ਦਿੱਲੀ ਕਿਸਾਨ ਦੀ ਵੀ ਉਹੀ ਹਾਲਤ ਹੈ ਜਿਹੜੀ ਅੱਜ ਪੰਜਾਬ ਦੇ ਕਿਸਾਨ ਦੀ। ਵੱਖਰੀ ਗੱਲ ਇਹ ਹੈ ਜੀ ਵੀ ਪੰਜਾਬ, ਕਿਉਂਕਿ ਪੰਜਾਬ ਵੀ ਤੇ ਹਰਿਆਣਾ ਵੀ, ਦੋ ਸੂਬੇ ਜਿਹੜੇ ਹੈ, ਅਸਲ ਪੰਜਾਬ ਹੀ ਸੀ ਸਾਰਾ, ਹਰਿਆਣਾ ਵੀ ਪੰਜਾਬ ਹੀ ਸੀ 1964 ਤੋਂ ਪਹਿਲਾਂ। ਅਸਲ ਜਿਹੜੇ ਪੰਜਾਬੀ ਕਿਸਾਨ ਹੈ ਤੇ ਪੰਜਾਬੀ ਕਿਸਾਨ ਦੇਸ਼ ਦੇ ਅੰਨ ਭੰਡਾਰਾਂ ਦੇ ਵਿੱਚ ਸਭ ਤੋਂ ਜ਼ਿਆਦਾ ਹਿੱਸਾ ਆਪਣਾ ਪਾਉਂਦਾ ਹੈ। ਤੇ ਜਿਹੜੀ ਇਸ ਵੇਲੇ ਦੁਨੀਆ ਦੇਸ਼ ਭਰ ਦੇ ਵਿੱਚ ਜਿਹੜੀ ਕਿਸਾਨੀ ਦੀ ਹਾਲਤ ਹੈ ਉਹ ਬਹੁਤ ਬੁਰੀ ਹਾਲਤ ਹੈ, ਤੇ ਜ਼ਿਆਦਾ ਔਖੇ ਜਿਹੜੇ ਮਹਾਰਾਸ਼ਟਰ ਤੇ ਪੰਜਾਬ ਦੇ ਕਿਸਾਨ ਹੈ ਜਾਂ ਹਰਿਆਣੇ ਦੇ ਕਿਸਾਨ ਹੈ। ਮਹਾਰਾਸ਼ਟਰ ਦਾ ਵਿਦਰਭ ਇਲਾਕਾ ਜਿਹੜਾ ਆ ਉੱਥੇ ਹਾਲਾਤ ਇਹ ਹੈ ਕਿ ਸਭ ਤੋਂ ਜ਼ਿਆਦਾ ਖੁਦਕੁਸ਼ੀਆਂ ਉੱਥੇ ਹੋ ਰਹੀ ਹੈ। ਤੇ ਪੰਜਾਬ ਦੇ ਵਿੱਚ ਜਿਹੜਾ ਗ੍ਰੀਨ ਰੈਵੋਲੂਸ਼ਨ ਹੈ, ਹਰੀ ਕ੍ਰਾਂਤੀ ਦੇ ਨਾਂ ਤੇ ਜਿਹੜਾ ਪੰਜਾਬ ਨੂੰ ਬਹੁਤ ਜ਼ਿਆਦਾ ਪ੍ਰਚਾਰਿਆ ਗਿਆ,
ਉਹਦੇ ਕੁਝ ਲਾਭ ਹੋਏ ਆ ਨੋ ਡਾਊਟ, ਉਹਦੇ ਨੁਕਸਾਨ ਉਹਦੇ ਬਹੁਤ ਹੋਏ ਆ। ਨਵੀਨੀਕਰਨ ਆ ਗਿਆ, ਮਸ਼ੀਨੀਕਰਨ ਆ ਗਿਆ, ਕੀਟਨਾਸ਼ਕਾਂ ਦੇ ਨਾਂ ਦੇ ਉੱਤੇ ਪੰਜਾਬ ਦੀ ਜ਼ਰਖੇਜ਼ ਭੂਮੀ ਜਿਹੜੀ ਹੈ ਉਹਨੂੰ ਬੰਜਰ ਬਣਾ ਦਿੱਤਾ ਗਿਆ। ਪੰਜਾਬ ਦੀ ਜ਼ਮੀਨ ਹੁਣ ਸਲਫਾਸ ਉਗਲਦੀ ਹੈ, ਕੈਂਸਰ ਉਗਲਦੀ ਹੈ, ਪਿੰਡਾਂ ਦੀ ਹਾਲਤ ਇਹ ਹੈ ਤੇ ਲੋਕ ਜਿਹੜੇ ਆ ਕਿਸਾਨੀ ਜਿਹੜੀ ਹੈ ਉਹ ਸਲਫਾਸ ਨਿਕਲਣ ਵਾਸਤੇ ਮਜਬੂਰ ਹੈ। ਮੈਂ ਕੈਸਾ ਪਿੰਡ ਹਾਂ, ਮੇਰੀ ਇੱਕ ਗਜ਼ਲ ਦੀ ਸ਼ੇਰ ਹੈ, ਮੈਂ ਕੈਸਾ ਪਿੰਡ ਹਾਂ ਕਾਲਕ ਜੋ ਮੈਨੂੰ ਨਿਕਲਦੀ ਜਾਂਦੀ, ਮੇਰੇ ਚੋਂ ਦੀਵਿਆਂ ਜੋਗੀ ਵੀ ਮਿੱਟੀ ਮੁੱਕਦੀ ਜਾਂਦੀ। ਇਹ ਹਾਲਤ ਬਣੀ ਹੋਈ ਹੈ ਵੀ ਪੰਜਾਬ ਦਾ ਕਿਸਾਨ ਜਿਹੜਾ ਉਹ ਸਲਫਾਸ ਨਿਕਲਣ ਵਾਸਤੇ ਮਜਬੂਰ ਹੈ ਤੇ ਪੰਜਾਬ ਦੇ ਪਿੰਡਾਂ ਚ ਦੀਵਿਆਂ ਜੋਗੀ ਮਿੱਟੀ ਵੀ ਮੁੱਕਦੀ ਜਾ ਰਹੀ ਹੈ। ਪੰਜਾਬ ਦੇ ਸ਼ਹਿਰਾਂ ਦੇ ਲਾਗੇ ਜਿਹੜੇ ਪਿੰਡ ਹੈ ਉਹ ਜ਼ਮੀਨਾਂ ਜਿਹੜੀਆਂ ਆ ਉਹ ਸ਼ਹਿਰ ਖਾ ਰਹੇ ਆ ਤੇ ਉੱਥੇ ਵੱਡੀਆਂ ਵੱਡੀਆਂ ਬਿਲਡਿੰਗਾਂ ਉਸ ਰਹੀਆਂ, ਮਤਲਬ ਕੰਕਰੀਟ ਦੇ ਜੰਗਲ ਜਿਹੜੇ ਆ ਪੰਜਾਬ ਦੇ ਖੇਤਾਂ ਚੁੱਕ ਰਹੇ ਆ। ਇਹ ਇਹਦੇ ਲਈ ਕੌਣ ਕਸੂਰਵਾਰ ਹੈ? ਇਹਦੇ ਲਈ ਕੋਈ ਇੱਕ ਵਿਅਕਤੀ ਕਸੂਰਵਾਰ ਨਹੀਂ ਹੈ, ਇਹਦੇ ਲਈ ਪੂਰੇ ਦਾ ਪੂਰਾ ਸਿਸਟਮ ਕਸੂਰਵਾਰ ਹੈ। ਜਿਸ ਸਿਸਟਮ ਨੇ ਦੁਨੀਆਂ ਚ ਜਿਹੜਾ ਗਲੋਬਲ ਪੱਧਰ ਦੇ ਉੱਤੇ ਵਿਸ਼ਵੀਕਰਨ ਜਿਹੜਾ ਹੋ ਰਿਹਾ ਉਹਦੇ ਚ ਜਿਹੜਾ ਮਲਟੀਨੈਸ਼ਨਲ ਕੰਪਨੀਆਂ ਦੀ ਅਗਵਾਈ ਚ ਵਰਲਡ ਬੈਂਕ ਦੀਆਂ ਜਿਹੜੀਆਂ ਪੋਲਿਸੀਜ਼ ਹੈਗੀਆਂ ਉਹਨਾਂ ਨੂੰ ਫਾਲੋ ਕੀਤਾ, ਉਹਨਾਂ ਨੂੰ ਮੰਨਿਆ ਤੇ ਉਸ 86 ਕਵਾਲ ਭਾਰਤ ਦੀ ਹਕੂਮਤ ਕਿਸੇ ਦੀ ਵੀ ਨਹੀਂ ਹੋਵੇ, ਉਹਨਾਂ ਨੇ ਵਰਲਡ ਬੈਂਕ ਦੀਆਂ ਹਦਾਇਤਾਂ ਤੇ ਭਾਰਤ ਦੇ ਵਿੱਚ ਜਿਹੜੀਆਂ ਖੇਤੀ ਦੀਆਂ ਆਪਣੀਆਂ ਐਗਰੀਕਲਚਰ ਪੋਲਿਸੀ ਜਿਹੜੀਆਂ ਅਡੋਪਟ ਕੀਤੀਆਂ। ਹੁਣ ਉਹ ਸਾਰੀਆਂ ਪੋਲਿਸੀ ਜਿਹੜੀਆਂ ਸੈਂਟਰ ਗਵਰਨਮੈਂਟ ਨੇ ਅਡੋਪਟ ਕੀਤੀਆਂ ਉਹਨੂੰ ਸਟੇਟ ਵੀ ਜਿਹੜੀ ਲਾਗੂ ਕਰ ਰਹੀ ਹੈ, ਸਟੇਟ ਬਰਾਬਰ ਦੀ ਜ਼ਿੰਮੇਵਾਰ ਹੈ। ਸੋ ਪੰਜਾਬ ਦੀ ਇਹ ਬੁਰੀ ਹਾਲਤ ਵਾਸਤੇ ਜਿੱਥੇ ਕੇਂਦਰ ਦੀ ਹੁਣ ਤੱਕ ਦੀ ਕਾਂਗਰਸ ਸਰਕਾਰ ਤੇ ਕਿਸੇ ਵੇਲੇ ਬੀਜੇਪੀ ਦੇ ਵਿੱਚ ਅਟਲ ਬਿਹਾਰੀ ਵਾਜਪੇਈ ਸਰਕਾਰ ਤੇ ਹੁਣ ਨਰਿੰਦਰ ਮੋਦੀ ਦੀ ਸਰਕਾਰ ਜਿੱਥੇ ਜ਼ਿੰਮੇਵਾਰ ਹੈ ਉੱਥੇ ਪੰਜਾਬ ਦੇ ਚਾਹੇ ਕੈਪਟਨ ਅਮਰਿੰਦਰ ਦੀ ਸਰਕਾਰ ਰਹੀ ਹੋਵੇ ਤੇ ਚਾਹੇ ਹੁਣ ਬਾਦਲਾਂ ਦੀ ਸਰਕਾਰ ਹੈ 8 ਸਾਲ ਤੋਂ, ਇਹ ਵੀ ਬਰਾਬਰ ਦੇ ਜ਼ਿੰਮੇਵਾਰ ਹੈ। ਪਰ ਹੁਣ ਕਿਉਂਕਿ ਦਿੱਲੀ ਦੇ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਸਰਕਾਰ ਹੈ ਤੇ ਬੀਜੇਪੀ ਦੇ ਨਾਲ ਰਿਸ਼ਤਾ ਜਿਹੜਾ ਗਾਵਾਂ ਡੋਲਤਾ ਵਾਲਾ ਬਣ ਗਿਆ ਅਕਾਲੀ ਦਲ ਦਾ, ਪਹਿਲੀ ਵਾਰ ਹੋ ਰਿਹਾ ਕਿ ਬਾਦਲ ਸਾਹਿਬ ਅੱਗੇ ਲਾਉਂਦੇ ਸੀ ਕਾਂਗਰਸ ਤੇ ਦੋਸ਼, ਹੁਣ ਬੀਜੇਪੀ ਦੇ ਵੀ ਦੋਸ਼ ਲਾਉਣ ਲੱਗ ਪਏ। ਬਾਦਲ ਸਾਹਿਬ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਨਰਿੰਦਰ ਮੋਦੀ ਦੀ ਸਰਕਾਰ ਦੇ ਵਿੱਚ ਵੀ ਪੰਜਾਬ ਦੇ ਕਿਸਾਨ ਦਾ ਕੋਈ ਭਲਾ ਨਹੀਂ ਹੋ ਰਿਹਾ, ਸਪੈਸ਼ਲ ਪੈਕੇਜ ਵੀ ਸਾਨੂੰ ਦਿੱਤਾ ਜਾ ਰਿਹਾ। ਮੋਦੀ ਦੀ ਸਰਕਾਰ ਦੇ ਵਿੱਚ ਵੀ ਐਗਰੀਕਲਚਰ ਸੈਕਟਰ ਦੇ ਹਾਲਾਤ ਜਿਹੜੇ ਹੈ ਉਹ ਲਗਾਤਾਰ ਵਿਗੜ ਰਹੇ ਆ। ਇਹਦੇ ਤੋਂ ਤੁਸੀਂ ਇਹ ਸਾਰ ਤੱਤ ਕਰ ਸਕਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਹਨੂੰ ਸਮਝ ਆ ਗਈ ਹੈ ਵੀ ਸ਼ਾਇਦ ਨਗਰ ਨਿਗਮ ਦੀਆਂ ਪੰਜਾਬ ਚ ਜਿਹੜੀਆਂ ਚੋਣਾਂ ਹੋ ਰਹੀਆਂ ਤੇ ਦਿੱਲੀ ਦੀ ਜਿਹੜੀ ਵਿਧਾਨ ਸਭਾ ਦੀ ਚੋਣ ਹੋਣੀ ਆ ਉਸ ਤੋਂ ਬਾਅਦ ਬੀਜੇਪੀ ਦਾ ਰਿਸ਼ਤਾ ਨਿਭਣਾ ਨਹੀਂ। ਸੋ ਇਸ ਕਰਕੇ ਬਾਦਲ ਸਾਹਿਬ ਹੁਣ ਨਰਿੰਦਰ ਮੋਦੀ ਦੀ ਸਰਕਾਰ ਦੀ ਨੁਕਤਾ ਚੀਨੀ ਕਰ ਰਹੇ ਆ ਤੇ ਇੱਕ ਜ਼ਮੀਨ ਤਿਆਰ ਕਰ ਰਹੇ ਆ ਪੰਜਾਬ ਦੇ ਵਿੱਚ ਵੀ ਤਾਂ ਜੋ ਵੱਖਰੇ ਤੌਰ ਤੇ ਅਕਾਲੀ ਦਲ ਆਪਣੀ ਰਾਜਨੀਤੀ ਕਰ ਸਕੇ। ਪਰ ਲੋੜ ਇਸ ਗੱਲ ਦੀ ਆ ਪੰਜਾਬ ਦੇ ਕਿਸਾਨ ਵੱਲ ਮੂੰਹ ਕਰਕੇ ਬਾਦਲ ਸਾਹਿਬ ਗੱਲ ਕਰਨ, ਇਹ ਦੱਸਣ ਵੀ ਜਿਹੜੀ ਸਟੇਟ ਦੀ ਜ਼ਿੰਮੇਵਾਰੀ ਹੈ ਸੂਬੇ ਦੀ ਜ਼ਿੰਮੇਵਾਰੀ ਆ ਉਹ ਕਿੰਨੀ ਕੁ ਬਾਦਲ ਸਾਹਿਬ ਨੇ ਹੁਣ ਤੱਕ ਨਿਭਾਈ ਹੈ। ਅਜੀਤ ਅੱਗੇ ਗੱਲ ਕਰਦੇ ਆਪਾਂ ਵਿਕਰਮ ਮਜੀਠੀਆ ਦੀ, ਟਾਈਮ ਟਾਈਮ ਤੇ ਉਹਦੇ ਵਿਰੋਧ ਦੇ ਵਿੱਚ ਕੋਈ ਨਾ ਕੋਈ ਕੁਛ ਨਾ ਕੁਛ ਹੁੰਦਾ ਰਿਹਾ, ਬੇਸ਼ੱਕ ਜਾਂ ਉਹਨਾਂ ਦਾ ਡਰੱਗ ਦੇ ਵਿੱਚ ਨਾ ਆਉਂਦਾ ਆ, ਅਤੇ ਹੁਣ ਜਿਹੜੀਆਂ ਵਿਰੋਧੀ ਧਿਰ ਆ ਉਹਨਾਂ ਨੇ ਆਵਾਜ਼ ਜਿਹੜੀ ਆਪਣੀ ਉੱਚੀ ਕੀਤੀ ਆ ਤੇ ਉਹਨਾਂ ਤੋਂ ਅਸਤੀਫੇ ਦੀ ਵੀ ਮੰਗ ਕਰ ਰਹੀਆਂ। ਜੇ ਵਿਕਰਮ ਸਿੰਘ ਮਜੀਠੀਆ ਬਿਲਕੁਲ ਕਸੂਰਵਾਰ ਨਹੀਂ ਤਾਂ ਫਿਰ ਕਿਹੜੀ ਪ੍ਰੋਬਲਮ ਹੈ ਕਿ ਉਹ ਜਿਹੜੀ ਜਾਂਚ ਹੈ ਇਨਫੋਰਸਮੈਂਟ ਡਾਇਰੈਕਟਰੇਟ ਨੇ ਜਿਹੜੀ ਉਹਨਾਂ ਤੋਂ ਕੋਈ ਪੁੱਛ ਗਿੱਛ ਕਰਨੀ ਉਹ ਤੋਂ ਕਿਉਂ ਭੱਜ ਰਹੇ? ਸਿੰਪਲ ਜਿਹੀ ਗੱਲ ਹੈ, ਜੇ ਚੁਣੀ ਲਾਲ ਗਾਬਾ ਜਾਂ ਉਹਦੇ ਮੁੰਡੇ ਤੋਂ ਪੁੱਛ ਗਿੱਛ ਹੋ ਸਕਦੀ ਹੈ, ਸਰਵਣ ਸਿੰਘ ਫਲੌਰ ਜਿਹੜੇ ਹੈ ਸਾਡੇ ਕੈਬਨਿਟ ਮਿਨਿਸਟਰ ਸੀ ਉਹਨਾਂ ਤੋਂ ਰਿਜ਼ਾਈਨ ਲਿਆ ਜਾ ਸਕਦਾ, ਤੇ ਜੇ ਅਵਿਨਾਸ਼ ਚੰਦਰ ਤੋਂ ਪੁੱਛ ਗਿੱਛ ਹੋ ਸਕਦੀ ਹੈ ਤਾਂ ਫਿਰ ਜੇ ਮਜੀਠੀਆ ਉਹਨਾਂ ਤੋਂ ਪੁੱਛ ਗਿੱਛ ਕਰਨੀ ਚਾਹੁੰਦੀ ਇਨਫੋਰਸਮੈਂਟ ਡਾਇਰੈਕਟੋਰੇਟ ਤੇ ਫਿਰ ਜਿਹੜੀ ਫਾਈਨੈਂਸ ਮਿਨਿਸਟਰੀ ਆ ਪੰਜਾਬ ਦੀ ਉਹ ਕਿਉਂ ਨੀ ਆਖਿਆ ਦਿੰਦੀ? ਜੇ ਬੰਦਾ ਕਸੂਰਵਾਰ ਹੀ ਹੈ ਨੀ, ਕਹੀ ਜਾਂਦੇ ਮਜੀਠੀਆ ਸਾਹਿਬ ਮੇਰਾ ਕੋਈ ਕਸੂਰ ਨੀ, ਮੈਨੂੰ ਫਸਾਇਆ ਜਾ ਰਿਹਾ, ਜੇ ਪੁੱਛ ਗਿੱਛ ਦੇ ਵਿੱਚ ਸ਼ਾਮਲ ਹੋ ਜਾਣ ਤੁਹਾਨੂੰ ਕਾਹਦਾ ਡਰ ਹੈ? ਬਾਦਲ ਸਾਹਿਬ ਜਾਂ ਸੁਖਬੀਰ ਸਿੰਘ ਬਾਦਲ ਵੀ ਕਿਉਂ ਉਹਨੂੰ ਪ੍ਰੋਟੈਕਟ ਕਰ ਰਹੇ? ਹੁਣ ਮਜੀਠੀਆ ਦੇ ਇਸ਼ੂ ਦੇ ਉੱਤੇ ਕਾਂਗਰਸ ਪਾਰਟੀ ਲਗਭਗ ਇੱਕ ਜੁੱਟ ਹੈ, ਸੁਨੀਲ ਜਾਖੜ ਤੋਂ ਲੈ ਕੇ ਪ੍ਰਤਾਪ ਸਿੰਘ ਬਾਜਵਾ ਤੇ ਸੁਖਪਾਲ ਸਿੰਘ ਖਹਿਰਾ ਤੱਕ ਨੇ ਮਜੀਠੀਆ ਨੂੰ ਕੈਬਨਿਟ ਵਿੱਚੋਂ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਅਸੀਂ ਨੀ ਕਹਿੰਦੇ ਉਹਨਾਂ ਨੂੰ ਬਰਖਾਸਤ ਕਰੋ, ਅਸੀਂ ਕਹਿੰਦੇ ਹਾਂ ਜਿਹੜੀ ਜਾਂਚ ਹੋ ਰਹੀ ਹੈ, ਹਜ਼ਾਰਾਂ ਕਰੋੜ ਰੁਪਏ ਦਾ ਡਰੱਗ ਦਾ ਮਾਮਲਾ ਹੈ, ਜਗਦੀਸ਼ ਭੁੱਲੇ ਤੋਂ ਲੈ ਕੇ ਸੁਨੀਲ ਗਾਬਾ ਦੇ ਬੇਟੀ ਤੱਕ ਨੇ ਇਹ ਗੱਲਾਂ ਮੰਨੀਆਂ ਕਿ
ਜਿਹੜਾ ਇਹ ਲੋਕ ਜਿਹੜੇ ਰਾਜਸੀ ਲੋਕ ਹੈਗੇ ਉਹਨਾਂ ਦੀ ਕਿਤੇ ਨਾ ਕਿਤੇ ਇਨਵੋਲਵਮੈਂਟ ਇਹਦੇ ਚ ਹੈ ਤੇ ਫਿਰ ਮਜੀਠੀਆ ਸਾਹਿਬ ਨੂੰ ਖੁੱਲ ਦਿੱਲੀ ਦੇ ਨਾਲ ਅੱਗੇ ਆਉਣਾ ਚਾਹੀਦਾ ਤੇ ਪੰਜਾਬ ਦੀ ਗੌਰਮੈਂਟ ਨੂੰ ਵੀ ਉਹਨਾਂ ਨੂੰ ਪ੍ਰੋਟੈਕਟ ਕਰਨ ਦੀ ਥਾਂ ਦੇ ਉੱਤੇ ਇਹ ਕਹਿਣਾ ਚਾਹੀਦਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਪੁੱਛਗਿੱਛ ਕਰੋਗੇ ਸ਼ਾਇਦ ਇਹ ਪੰਜਾਬ ਸਰਕਾਰ ਦੇ ਪੱਖ ਚ ਜਾਊਗੀ ਜਿੰਨਾ ਪ੍ਰੋਟੈਕਟ ਕਰਨਗੇ ਬਾਦਲ ਹੋਰੀ ਜਾਂ ਪੰਜਾਬ ਗੌਰਮੈਂਟ ਦੇ ਲੋਕ ਬਿਕਰਮ ਸਿੰਘ ਮਜੀਠੀਆ ਨੂੰ ਉਹਨੇ ਪੰਜਾਬ ਸਰਕਾਰ ਦੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਬਦਨਾਮੀ ਹੋਏਗੀ ਤੇ ਉਹਨੇ ਹੀ ਜ਼ਿਆਦਾ ਨੁਕਸਾਨ ਆਉਣ ਵਾਲੀਆਂ 2017 ਦੀ ਵਿਧਾਨ ਸਭਾ ਚੋਣਾਂ ਚ ਉਹਨਾਂ ਨੂੰ ਹੋਏਗਾ। ਜੀ ਤੇ ਅੱਗੇ ਗੱਲ ਕਰੀਏ ਆਪਾਂ ਜੱਚਾ ਬੱਚਾ ਜਿਹੜਾ ਹੋਸਪਿਟਲ ਖੋਲਿਆ ਆ ਤੇ ਕਾਫੀ ਦਿਨਾਂ ਤੋਂ ਅਸੀਂ ਗੱਲ ਕਰਦੇ ਆ ਰਹੇ ਹਾਂ ਕਿ ਉਸ ਦੇ ਵਿੱਚ ਜਿਹੜੀ ਆ 5-6 ਬੱਚਿਆਂ ਦੀ ਮੌਤ ਹੋ ਚੁੱਕੀ ਆ, ਉੱਥੇ ਦੇ ਡਾਕਟਰ ਨੂੰ ਵੀ ਉਹਨਾਂ ਨੇ ਉੱਥੋਂ ਬਦਲ ਦਿੱਤਾ ਸੀਗਾ ਤੇ ਪਰ ਬਾਦਲ ਸਾਹਿਬ ਕੁਛ ਕੁ ਲੱਗਦਾ ਹੈ ਕਿ ਉਹ ਵੀ ਬਚਾ ਰਹੇ ਆ ਤੇ ਕੁਛ ਡਾਕਟਰ ਵੀ ਧਮਕੀ ਦੇ ਰਹੇ ਆ ਕਿ ਅਸੀਂ ਇੱਥੇ ਸਟ੍ਰਾਈਕ ਕਰਾਂਗੇ। ਤੁਸੀਂ ਖਬਰਾਂ ਦੇ ਬੁਲੇਟਿਨ ਦੇ ਵਿੱਚ ਜਿਹੜਾ ਪਹਿਲੀ ਵਾਰ ਕਮਲ ਸਿੱਧੂ ਨੇ ਤੁਹਾਡੇ ਲਈ ਪੇਸ਼ ਕੀਤਾ ਉਹਦੇ ਚ ਡਿਟੇਲ ਸੁਣ ਚੁੱਕੇ ਹੋ ਕਿ ਕਿਵੇਂ ਲੁਧਿਆਣਾ ਦੇ ਵਿੱਚ ਜਿਹੜੇ 6 ਬੱਚਿਆਂ ਦੀ ਮੌਤ ਹੋਈ ਹੈ, ਨਵਜੰਮੇ ਬੱਚਿਆਂ ਦੀ, ਉਹਦੇ ਚ ਕੁਝ ਸੰਸਦੀ ਕੇਸ ਖੁਲਾਸੇ ਹੋਏ ਆ, ਉਹਦੇ ਵਿੱਚ ਦੁਹਰਾ ਚ ਨਹੀਂ ਜਾਂਦੇ, ਉਹ ਤੁਸੀਂ ਸੁਣ ਲਿਆ ਤੇ ਉਹਦੇ ਵਿੱਚ ਦੁਹਰਾ ਚ ਨਾ ਜਾਂਦੇ, ਅਸੀਂ ਬੇਸਿਕ ਗੱਲ ਕਰਨੀ ਚਾਹੁੰਦੇ ਹਾਂ। ਬੇਸਿਕ ਗੱਲ ਇਹ ਹੈ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਦੇਸ਼ ਚ ਵੱਖ ਵੱਖ ਥਾਵਾਂ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਜਿਹਦੇ ਚ ਅਸੀਂ ਦੇਖਦੇ ਹਾਂ ਕਿ ਸਾਡਾ ਹੈਲਥ ਸਿਸਟਮ ਜਿਹੜਾ ਆ ਉਹ ਕਿੰਨਾ ਲਚਰ ਹੋ ਗਿਆ। ਛੱਤੀਸਗੜ੍ਹ ਦੀ ਉਹ ਖ਼ਬਰਾਂ ਤੁਸੀਂ ਸੁਣਦੇ ਰਹੋ, ਅਸੀਂ ਤੁਹਾਡਾ ਸਾਂਝੇ ਕਰਦੇ ਰਹੇ ਹਾਂ, ਨਸਬੰਦੀ ਦੇ ਆਪਰੇਸ਼ਨ ਹੋਏ, ਕਿੰਨੀਆਂ ਔਰਤਾਂ ਜਿਹੜੀਆਂ ਉਹਨਾਂ ਨੇ ਜਾਣ ਦੀ। ਸਾਡੀ ਪ੍ਰੋਬਲਮ ਇਹ ਹੈ ਸਿਸਟਮ ਦੀ ਵੀ ਅਸੀਂ ਬਿਨਾਂ ਕਿਸੇ ਬੁਨਿਆਦੀ ਸਟਰਕਚਰ ਤੋਂ, ਬੇਸਿਕ ਸਟਰਕਚਰ ਤੋਂ ਅਸੀਂ ਸਿਹਣੇ ਬੰਨਣ ਦੀ ਦੌੜ ਚ ਪੈ ਜਾਂਦੇ ਹਾਂ ਤੇ ਫਟਾਫਟ ਫਟਾਫਟ ਜਿਹੜੀ ਅਸੀਂ ਨੀਂਹ ਪੱਥਰ ਰੱਖਤੇ, ਉਦਘਾਟਨ ਕਰਤੇ। ਲੁਧਿਆਣੇ ਚ ਵੀ ਇਹ ਕੁਛ ਹੋਇਆ, ਲੁਧਿਆਣੇ ਸਿਵਲ ਹੋਸਪਿਟਲ ਦੇ ਵਿੱਚ ਬੜੀ ਕਾਹਲੀ ਦੇ ਨਾਲ ਜਿੱਤਾ ਬੱਚਾ ਜਿਹੜਾ ਸੈਂਟਰ, ਚਾਈਲਡ ਮਦਰ ਸੈਂਟਰ ਜਿਹੜਾ ਆ ਉਹਦਾ ਉਦਘਾਟਨ ਕਰ ਦਿੱਤਾ ਗਿਆ, ਨਾ ਉੱਥੇ ਮਸ਼ੀਨਰੀ ਪੂਰੀ, ਨਾ ਉੱਥੇ ਡਾਕਟਰ। ਜਦੋਂ ਆਪਰੇਸ਼ਨ ਹੋਏ ਅਨਟ੍ਰੇਨਡ ਦਾਈਆਂ ਤੇ ਨਰਸਾਂ ਜਿਹੜੀਆਂ ਉਹਨਾਂ ਨੇ ਆਪਰੇਸ਼ਨ ਕੀਤੇ, ਪਹਿਲਾਂ ਐਤਵਾਰ ਨੂੰ 5 ਬੱਚੇ ਮਰੇ, 1 ਬੱਚੇ ਦੀ ਬਾਅਦ ਚ ਮੌਤ ਹੋਈ। ਸਭ ਤੋਂ ਵੱਡੀ ਨਿਰਾਣੀ ਦੀ ਗੱਲ ਇਹ, ਡਾਕਟਰ ਵੀ ਇਸ ਗੱਲ ਨੂੰ ਕਹਿ ਰਹੇ ਆ ਕਿ ਸਾਡਾ ਕੋਈ ਕਸੂਰ ਨਹੀਂ। ਈਵਨ ਡਾਕਟਰਾਂ ਦੇ ਉੱਤੇ ਜਿਹੜੀ ਮਾੜੀ ਮੋਟੀ ਕਾਰਵਾਈ ਆ, ਇੱਕ ਨੂੰ ਸਸਪੈਂਡ ਕਰਤਾ, ਇੱਕ ਦੀ ਬਦਲੀ ਕਰਤੀ, ਉਹਨੂੰ ਰੋਜ਼ ਤੋਂ ਹੜਤਾਲ ਦੀਆਂ ਧਮਕੀਆਂ ਦੇ ਰਹੇ ਤੇ ਬਾਦਲ ਸਾਹਿਬ ਜਿਹੜੇ ਆ ਉਹ ਪ੍ਰੋਟੈਕਟ ਕਰ ਰਹੇ ਡਾਕਟਰਾਂ ਨੂੰ, ਇਹ ਕਹਿ ਕੇ ਕਿ ਜਿਹੜੇ ਲੋਕ ਹਾਲ ਪੇਸ਼ੈਂਟ ਆਏ ਉਹਨਾਂ ਦੇ ਪੇਟ ਚ ਪਹਿਲੇ ਬੱਚੇ ਮਰੇ ਹੋਏ ਸੀ। ਪੰਜਾਬ ਦੇ ਮੁੱਖ ਮੰਤਰੀ ਤੋਂ ਇਹ ਤਵੱਕੋ ਨਹੀਂ ਕੀਤੀ ਜਾ ਸਕਦੀ, ਬਿਨਾਂ ਜਾਂਚ ਤੋਂ ਕੋਈ ਇਹ ਫੈਸਲਾ ਕਿੱਦਾਂ ਦੇ ਸਕਦਾ। ਇੱਕ ਪਾਸੇ ਬਾਦਲ ਸਾਹਿਬ ਕਹਿ ਰਹੇ ਜਾਂਚ ਕਰਾਵਾਂਗੇ, ਦੂਜੇ ਪਾਸੇ ਬਾਦਲ ਸਾਹਿਬ ਪਹਿਲੇ ਪ੍ਰੋਟੈਕਟ ਕਰ ਰਹੇ ਡਾਕਟਰ ਨੂੰ, ਇਹ ਕਹਿ ਕੇ ਕਿ ਬੱਚੇ ਤਾਂ ਪਹਿਲੇ ਮਰੇ ਹੋਏ ਸੀ ਪੇਟ ਚ। ਇੱਕ ਅਜੀਬ ਕਿਸਮ ਦਾ ਮਾਹੌਲ ਹੈ ਵੀ ਮੁੱਖ ਮੰਤਰੀ ਪੰਜਾਬ ਦੇ ਇੱਕ ਜ਼ਿੰਮੇਵਾਰ ਬੰਦੇ ਜਵਾਬ ਦੇ ਹੈ, ਤੁਸੀਂ ਇਹ ਤਾਂ ਗੱਲ ਕਹੋ ਠੀਕ ਹੈ ਵੀ ਜਾਂਚ ਹੋਏਗੀ, ਜਦਕਿ ਤੁਹਾਨੂੰ ਜਾਂਚ ਜਿਹੜੀਆਂ ਕਮੇਟੀਆਂ ਵਰਗੀਆਂ ਉਹਦੇ ਵੀ ਕੋਈ ਭਰੋਸਾ ਨਹੀਂ। ਪਰ ਇਹ ਕੀ ਮਤਲਬ ਹੋਇਆ ਕਿ ਤੁਸੀਂ ਜਾਂਚ ਤੋਂ ਬਿਨਾਂ ਤੁਸੀਂ ਫਤਵਾ ਦੇ ਦਿਓ ਜੀ, ਇਹ ਇਸ ਤੋਂ ਜ਼ਿਆਦਾ ਮਾੜੀ ਗੱਲ ਕੋਈ ਨਹੀਂ ਹੋ ਸਕਦੀ। ਦੂਜੀ ਗੱਲ ਇਹ ਹੈ ਕਿ ਭਾਰਤ ਦੇ ਵਿੱਚ ਦੋ ਜਿਹੜੇ ਸੈਕਟਰ ਸਾਡੇ, ਐਜੂਕੇਸ਼ਨ ਦਾ ਸੈਕਟਰ ਤੇ ਹੈਲਥ ਸੈਕਟਰ, ਇਹਦੀ ਬਹੁਤ ਬੁਰੀ ਹਾਲਤ ਹੈ। ਅਸੀਂ ਕੀ ਕਰਦੇ ਹਾਂ, ਅਸੀਂ ਕੁਛ ਜਿਹੜੀਆਂ ਚਰਚੇ ਹੁਣ ਕੀਤੇ ਹੋਣੇ, ਅਸੀਂ ਤਾਂ ਭਾਵ ਇਹ ਹੈ ਕਿ ਸਾਡੇ ਰਾਜਨੀਤੀਵਾਨ ਜਾਂ ਸਾਡੇ ਮੁਲਕ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਹੈ, ਅਸੀਂ ਗੈਰ ਜ਼ਰੂਰੀ ਚੀਜ਼ਾਂ ਉਹਨਾਂ ਨੂੰ ਜ਼ਿਆਦਾ ਤਵੱਜੋ ਦਿੰਦੇ ਹਾਂ। ਪਿਛਲੇ 2.5-3 ਸਾਲ ਤੋਂ ਨਵਜੋਤ ਸਿੰਘ ਸਿੱਧੂ ਦੇ ਬਾਦਲਾਂ ਦਾ ਜਿਹੜਾ ਝਗੜਾ ਚੱਲ ਰਿਹਾ ਹੈ ਉਹ ਰੋਜ਼ ਅਖਬਾਰਾਂ ਦੀ ਸੁਰੱਖਿਆ ਤੇ ਹੁੰਦਾ। ਪਟਿਆਲੇ 'ਚ ਨਿਆਣੇ ਕੁੱਟ ਤੇ ਪੰਜਾਬ ਪੁਲਿਸ ਨੇ ਜਿਹੜੇ ਆਪਣੀਆਂ ਫੀਸਾਂ ਵਧੀਆ ਸੀ ਉਹਦੇ ਖਿਲਾਫ਼ ਵਿਰੋਧ ਕਰ ਰਹੇ ਸੀ ਸ਼ਾਂਤਮਈ, ਉਹ ਇੱਕ ਦਿਨ ਖਬਰ ਆਈ ਗੱਲ ਖਤਮ ਹੋ ਗਈ, ਕਿਸੇ ਨੇ ਉੱਥੇ ਰਿਐਕਟ ਵੀ ਨਹੀਂ ਕੀਤਾ। ਅੱਜ ਜੱਚਾ ਬੱਚਾ ਸੈਂਟਰ ਦੇ ਵਿੱਚ ਬੱਚੇ ਮਰ ਗਏ, 2-3 ਦਿਨ ਚਰਚਾ ਹੋਣੀ, ਗੱਲ ਖਤਮ ਹੋ ਜਾਣੀ ਹੈ। ਪਰ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਰੇੜਕਾ ਆ ਅਕਾਲੀਆਂ ਦਾ ਪਿਆ 3 ਸਾਲ ਤੋਂ ਚੱਲ ਰਿਹਾ, ਕੀ ਚੱਲਣਾ ਗੈਰ ਜ਼ਰੂਰੀ ਚੀਜ਼ਾਂ ਦੇ ਵਿੱਚ ਜਾਨ ਬੱਚੇ ਰਾਜਨੀਤੀ ਸਾਨੂੰ ਵਜਾਉਂਦੇ ਆ। ਲੋਕਾਂ ਦੀ ਰੋਟੀ ਦਾ ਮਸਲਾ ਹੈ, ਲੋਕਾਂ ਦੀ ਸਿਹਤ ਦਾ ਮਸਲਾ ਹੈ, ਲੋਕਾਂ ਦੀ ਐਜੂਕੇਸ਼ਨ ਦਾ ਮਸਲਾ ਹੈ, ਲੋਕਾਂ ਦੇ ਰੁਜ਼ਗਾਰ ਦਾ ਮਸਲਾ ਹੈ, ਉਹਦੇ ਤੋਂ ਧਿਆਨ ਜਿਹੜਾ ਡਾਇਵਰਟ ਕਰਨ ਵਾਸਤੇ ਇਸ ਤਰ੍ਹਾਂ ਦੇ ਇਸ਼ੂ ਜਿਹੜੇ ਚੁੱਕੇ ਜਾਂਦੇ ਆ। ਲੋੜ ਇਸ ਗੱਲ ਦੀ ਹੈ ਸਰਕਾਰ ਇਸ ਗੱਲ ਦਾ ਜਵਾਬ ਦੇਵੇ ਵੀ ਤੁਸੀਂ ਗਾਂਧੀ ਦੇ ਨਾਂ ਤੇ ਵੋਟਾਂ ਤਾਂ ਮੰਗ ਰਹੇ ਹੈ
ਪਰ ਗਾਂਧੀ ਹੋਰਾਂ ਨੇ ਕਿਹਾ ਸੀ ਕਿ ਕੁੱਲ ਆਮਦਨ ਦਾ ਦੇਸ਼ ਦਾ 10% ਐਜੂਕੇਸ਼ਨ ਤੇ ਖਰਚ ਹੋਣਾ ਚਾਹੀਦਾ। ਗਾਂਧੀ ਹੋਰਾਂ ਨੇ ਕਿਹਾ ਸੀ ਕਿ ਪਿੰਡਾਂ ਵੱਲ ਨੂੰ ਜਾਓ, ਪਿੰਡਾਂ ਚ ਭਾਰਤ ਵੱਸਦਾ, ਪਿੰਡ ਉਜਾੜ ਰਹੇ ਹਾਂ ਅਸੀਂ ਵਿਸ਼ਵੀਕਰਨ ਦੇ ਨਾਂ ਦੇ ਉੱਤੇ। ਗਾਂਧੀ ਨੇ ਕਿਹਾ ਸੀ ਕਿ ਤੁਹਾਡਾ ਹੈਲਥ ਸਿਸਟਮ ਜੇ ਦਰੁਸਤ ਨਹੀਂ ਹੋਏਗਾ, ਤੁਸੀਂ ਸਿਹਤਮੰਦ ਨਹੀਂ ਹੈਗੇ, ਤੁਹਾਡਾ ਸਮਾਜ ਸਿਹਤਮੰਦ ਨਹੀਂ ਤਾਂ ਦੇਸ਼ ਤਰੱਕੀ ਨਹੀਂ ਕਰ ਸਕਦਾ। ਅਸੀਂ ਆਪਣਾ ਟੋਟਲ ਬਜਟ ਦਾ 30-36% ਆਰਮੀ ਤੇ ਖਰਚਦੇ, ਆਰਮੀ ਤੇ ਆਰਮੀ ਦਾ ਕਾਂਸਟੇਬਲ ਜਿਹੜਾ ਹੈ ਉਹਦੀ ਤਨਖਾਹ 19 ਹੈ, ਉਹਦੀ ਤਨਖਾਹ ਨਹੀਂ ਵਧਾ ਰਹੇ, ਅਤੇ ਹਰ ਖਰੀਦਣ ਤੇ ਖਰਚ ਕਰਦੇ ਹੈ। ਐਜੂਕੇਸ਼ਨ ਤੇ ਹੈਲਥ ਤੇ ਜਿਹੜਾ ਹੈ ਸਾਡਾ ਟੋਟਲ ਬਜਟ ਦਾ 1% ਵੀ ਖਰਚ ਨਹੀਂ ਹੁੰਦਾ, ਤੇ ਨਾ ਹੀ ਅਸੀਂ ਉਹਦੀਆਂ ਸਹੂਲਤਾਂ ਬਿਹਤਰ ਕਰਨ ਵਾਸਤੇ ਕੋਈ ਕੰਮ ਕਰਦੇ ਹਾਂ। ਇਹਦਾ ਜਵਾਬ ਕੌਣ ਦੇਗਾ? ਇਹਦਾ ਜਵਾਬ ਬਾਦਲ ਹੋਣਾ ਤਾਂ ਬਿਲਕੁਲ ਨਹੀਂ ਮਿਲ ਸਕਦਾ, ਜਿਹੜੇ ਕਹਿੰਦੇ ਵੀ 25 ਤਾਂ ਪਹਿਲੇ ਬਜਟ ਚ ਬਣੇ ਹੋਏ ਸੀ। ਇਹਦਾ ਜਵਾਬ ਤਾਂ ਲੋਕਾਂ ਨੇ ਲੈਣਾ, ਤੇ ਲੋਕਾਂ ਨੇ ਜਵਾਬ ਲੈਣ ਦੇ ਲੋਕਾਂ ਕੋਲ ਇੱਕੋ ਤਰੀਕਾ, ਜਾਂ ਤਾਂ ਉਹ ਸੜਕਾਂ ਤੇ ਹੋਣ ਤੇ ਜਾਂ ਵੋਟ ਦੀ ਸਹੀ ਵਰਤੋਂ ਕਰਨ। ਪਰ ਸਵਾਲ ਇਹ ਹੈ ਕਿ 2017 ਨੂੰ ਵੋਟ ਦੀ ਸਹੀ ਵਰਤੋਂ ਕੀ ਕਰਨਗੇ ਲੋਕ, ਕਿਉਂਕਿ ਮੋਢੇ ਬਦਲ ਚਾਹੀਦਾ। ਉਹ ਬਦਲ ਦੇਣ ਵਾਲੇ ਲੋਕ ਜਿਹੜੇ ਹੈ ਉਹ ਖੁਦ ਜਿਹੜੇ ਹੈ ਉਹ ਜਾਂਦੇ ਆਦਰਸ਼ ਕਿਸਮ ਦੀ ਪੋਲੀਟਿਕਸ ਦਾ ਨਾਰਾ ਦਿੰਦੇ ਆ, ਪਰ ਖੁਦ ਉਸੇ ਪੋਲੀਟਿਕਸ ਦੇ ਵਿੱਚ ਫਿਰ ਉਹ ਜਿਹੜੇ ਹੈ ਖਚਤ ਹੋ ਜਾਂਦੇ ਆ। ਲੋੜ ਇਸ ਗੱਲ ਦੀ ਹੈ ਕਿ ਪੰਜਾਬ ਦੇ ਲੋਕ ਜਿਹੜੇ ਆ ਜਾਂ ਦੇਸ਼ ਦੇ ਲੋਕ ਉਹ ਨਵੀਂ ਉਮੀਦ ਨੂੰ ਲੈ ਕੇ, ਨਵੇਂ ਲੋਕਾਂ ਨੂੰ ਲੈ ਕੇ ਆਪਣੀ ਨਵੀਂ ਲੀਡਰਸ਼ਿਪ ਨੂੰ ਡਿਵੈਲਪ ਕਰਨ। ਸਮਾਂ ਲੱਗੇਗਾ ਪਰ ਇਹ ਹੋਏਗਾ ਜ਼ਰੂਰ, ਇਸ ਗੱਲ ਦੀ ਉਮੀਦ ਹੈ। ਅੱਜ ਜੀ ਤੇ ਅੱਗੇ ਗੱਲ ਕਰਦੇ ਹਾਂ, ਪੰਜਾਬ ਕਾਂਗਰਸ ਦੇ ਵਿੱਚ ਜਿਹੜੀ ਆ ਉਹ ਤੁਹਾਡੇ ਬੰਦੀ ਵੀ ਆ ਤੇ ਦੋ ਦੋ ਮੀਟਿੰਗਾਂ ਹੋ ਰਹੀਆਂ। ਪੰਜਾਬ ਕਾਂਗਰਸ ਦੇਸ਼ ਦੀ ਕਾਂਗਰਸ ਪਾਰਟੀ ਜਿਹੜੀ ਹੈ ਜਿਸ ਸੂਰਤਿਆਲ ਚ ਹੈ, ਪੰਜਾਬ ਕਾਂਗਰਸ ਵੀ ਲਗਭਗ ਉਹੀ ਹੋਣੀ ਹੰਢਾ ਰਹੀ ਹੈ। ਹੈਰਾਨੀ ਇਸ ਗੱਲ ਦੀ ਹੈ ਕਿ 128 ਸਾਲ ਦੀ ਪੁਰਾਣੀ ਕਾਂਗਰਸ ਪਾਰਟੀ ਹੈ, ਦੇਸ਼ ਦੀ ਸਭ ਤੋਂ ਪੁਰਾਣੀ ਰਾਜਨੀਤਿਕ ਪਾਰਟੀ, ਹਾਲੇ ਤੱਕ ਵੀ ਏਡਾ ਵੱਡਾ ਕਹਿ ਲਓ ਝਟਕਾ ਲੱਗਾ ਦੇਸ਼ ਪੱਧਰ ਤੇ ਵੀ ਸੂਬਿਆਂ ਚ, ਹਾਲੇ ਤੱਕ ਵੀ ਉਹਨੂੰ ਸਮਝ ਨਹੀਂ ਆਈ ਕਿ ਤੁਸੀਂ ਆਪਣੇ ਅੰਦਰ ਝਾਕ ਕੇ ਦੇਖਣਾ। ਕਾਂਗਰਸ ਪਾਰਟੀ ਜਿੱਦਾਂ ਅਸੀਂ ਬੀਜੇਪੀ ਦਾ ਜ਼ਿਕਰ ਕੀਤਾ, ਬੀਜੇਪੀ ਨਾਲ ਵਿਚਾਰਕ ਤੌਰ ਦੇ ਉੱਤੇ ਸਾਡੀ ਨਿਰਤਾ ਨਹੀਂ, ਅਤੇ ਕਾਂਗਰਸ ਪਾਰਟੀ ਨਾਲ ਵੀ ਸਾਡੀ ਕਿਸੇ ਕਿਸਮ ਦੀ ਕੋਈ ਨਿਰਤਾ ਨਹੀਂ। ਅਸੀਂ ਸਮਝਦੇ ਹਾਂ ਕਿ ਦੇਸ਼ ਦੀਆਂ ਟੋਟਲ ਸਮੱਸਿਆਵਾਂ ਜਿਹੜੀਆਂ ਉਹਦੇ ਲਈ ਸਭ ਤੋਂ ਵੱਡੀ ਜ਼ਿੰਮੇਵਾਰੀ ਕਾਂਗਰਸ ਪਾਰਟੀ 'ਤੇ ਹੈ, ਪਰ ਡੈਮੋਕ੍ਰੇਸੀ ਦੇ ਵਿੱਚ ਕਾਂਗਰਸ ਪਾਰਟੀ ਵਰਗੀ ਜਿਹੜੀ ਨੈਸ਼ਨਲ ਪਾਰਟੀ ਹੈ ਉਹਦਾ ਲਗਾਤਾਰ ਇੱਦਾਂ ਖੁਰਦਾ ਜਾਣਾ ਅਤੇ ਬੀਜੇਪੀ ਦਾ ਆਭਾਰ ਜਿਹੜਾ ਆ ਉਹ ਜ਼ਿਆਦਾ ਖਤਰਨਾਕ ਹੈ। ਜਮਹੂਰੀਅਤ ਦੇ ਵਿੱਚ ਕਾਂਗਰਸ ਪਾਰਟੀ ਨੂੰ ਆਪਣੇ ਆਪ ਨੂੰ ਪੈਰਸ ਕਰਨ ਦੀ ਜ਼ਰੂਰਤ ਜਿਹੜੀ ਹੈ ਮਹਿਸੂਸ ਤਾਂ ਹੋ ਰਹੀ ਹੈ, ਪਰ ਉਹ ਆਪਣੀ ਜ਼ਰੂਰਤ ਨੂੰ ਪੂਰਾ ਕਰਨ ਵਾਸਤੇ ਸਵੈ ਮੰਥਨ ਜਿਹੜਾ ਹੁੰਦਾ, ਸਵੈ ਨੁਕਤਾ ਚੀਨੀ, ਸਵੈ ਆਲੋਚਨਾ, ਉਹਦੇ ਤੋਂ ਭੱਜ ਰਹੀ ਹੈ। ਦੂਜੀ ਪ੍ਰੋਬਲਮ ਇਹ ਹੈ ਕਿ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਜਿਹੜੀ ਹੈ ਉਹ ਇੱਕ ਘਰ ਤੱਕ ਸੀਮਿਤ ਹੋ ਕੇ ਰਹਿ ਗਈ ਹੈ, 10 ਜਨਪਦ ਤੱਕ। ਨਹਿਰੂ ਗਾਂਧੀ ਤੋਂ ਅੱਗੇ ਜਿਹੜੀ ਕਾਂਗਰਸ ਪਾਰਟੀ ਤੁਰਦੀ ਨੇ ਪੰਜਾਬ ਦੇ ਵਿੱਚ। ਆਪ ਕਾਂਗਰਸ ਪਾਰਟੀ ਨੇ ਥਾਲੀ ਚੜਾ ਕੇ ਦੂਜੀ ਵਾਰੀ ਬਾਦਲਾਂ ਨੂੰ ਸਰਕਾਰ ਦਿੱਤੀ ਹੈ, ਉਹਦੇ ਬਾਵਜੂਦ ਸਮਝ ਰਹੀ ਕਾਂਗਰਸ ਪਾਰਟੀ ਇਸ ਵੇਲੇ ਪ੍ਰਤਾਪ ਸਿੰਘ ਬਾਜਵਾ ਤੇ ਕੈਪਟਨ ਅਮਰਿੰਦਰ ਦੇ ਧੜੇ ਜਿਹੜੇ ਹੈ ਉਹ ਆਪੋ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਉਹਨਾਂ ਦੇ ਸਿੰਘ ਫਸੇ ਹੋਏ ਆ। ਦੋ ਦੋ ਮੀਟਿੰਗਾਂ ਕੀਤੀਆਂ ਜਾਂਦੀਆਂ, ਵਿਧਾਇਕ ਦਲ ਦੀ ਮੀਟਿੰਗ ਉਧਰ ਹੀ, ਪੰਜਾਬ ਕਾਂਗਰਸ ਦੀ ਮੀਟਿੰਗ, ਪ੍ਰਤਾਪ ਸਿੰਘ ਬਾਜਵਾ ਵੱਖਰੀ ਮੀਟਿੰਗ ਕਾਲ ਕਰ ਲੈਂਦੇ ਆ, ਸੁਨੀਲ ਜਾਖੜ ਵੱਖਰੀ ਮੀਟਿੰਗ ਕਾਲ ਕਰ ਲੈਂਦੇ ਆ 3 ਘੰਟੇ ਬਾਅਦ ਹੀ, ਤੇ ਫਿਰ ਜਦੋਂ ਉਹਨੂੰ ਪੁੱਛਿਆ ਜਾਂਦਾ ਕਹਿੰਦੇ ਜੀ ਉਹਨਾਂ ਦਾ ਵੱਖਰਾ ਏਜੰਡਾ ਸਾਡਾ ਵੱਖਰਾ ਏਜੰਡਾ, ਇੱਕੋ ਪਾਰਟੀ ਚ ਇੱਕੋ ਦਿਨ ਦੋ ਮੀਟਿੰਗਾਂ ਹੋਣ ਤੇ ਵੱਖਰੇ ਏਜੰਡੇ ਕਿੱਦਾਂ ਹੋ ਸਕਦੇ ਆ। ਮੈਨੂੰ ਲੱਗਦਾ ਹੈ ਕਿ ਕਾਂਗਰਸ ਪਾਰਟੀ ਨੂੰ, ਪੰਜਾਬ ਦੀ ਕਾਂਗਰਸ ਪਾਰਟੀ ਨੂੰ ਬਹੁਤ ਜ਼ਿਆਦਾ ਓਵਰ ਹਾਲਿੰਗ ਦੀ ਜ਼ਰੂਰਤ ਹੈ, ਤੇ ਈਗੋ ਜਿਹੜੀ ਹੈ, ਈਗੋ ਨਹੀਂ ਸਗੋਂ ਸੁਪਰ ਈਗੋ ਜਿਹੜੀ ਹੈ ਉਹਨੂੰ ਤਿਆਗ ਕਰਨਾ ਜ਼ਰੂਰੀ ਹੈ। ਨਹੀਂ ਤਾਂ ਪਹਿਲਾਂ ਮਨਪ੍ਰੀਤ ਬਾਦਲ ਦੀ ਮਿਹਰਬਾਨੀ ਕਰਕੇ ਤੇ ਕਾਂਗਰਸ ਪਾਰਟੀ ਦੀ ਫੁੱਟ ਕਰਕੇ ਅਕਾਲੀ ਲਗਾਤਾਰ ਦੂਜੀ ਵਾਰ ਸੱਤਾ 'ਚ ਆ ਗਏ, ਤੇ ਤੀਜੀ ਵਾਰ ਫਿਰ 2017 ਦੇ ਵਿੱਚ ਆਮ ਆਦਮੀ ਪਾਰਟੀ ਕਰਕੇ ਤੇ ਕਾਂਗਰਸ ਪਾਰਟੀ ਦੀਆਂ ਕੁਤਾਹੀਆਂ ਕਰਕੇ ਫਿਰ ਸੱਤਾ ਹਾਸਲ ਕਰ ਸਕਦੇ ਅਕਾਲੀ। ਜੇ ਅਕਾਲੀ ਦਲ ਤੇ ਬੀਜੇਪੀ ਦੇ ਗਠਜੋੜ ਨੂੰ ਕਿਸੇ ਨੇ ਹਰਾਉਣਾ ਪੰਜਾਬ 'ਚ ਤਾਂ ਅੱਜ ਦੀ ਤਰੀਕ ਦੇ ਵਿੱਚ ਉਹ ਕਾਂਗਰਸ ਪਾਰਟੀ ਹੀ ਹੈ, ਕਿਉਂਕਿ ਜਿਹੜੇ ਬਾਕੀ ਬਦਲ ਦੇਣ ਵਾਲੇ ਲੋਕ ਸੀ ਉਹਨਾਂ ਦੀ ਸ਼ੁਰੂਆਤ ਤਾਂ ਚੰਗੀ ਸੀ ਪਰ ਅੰਜਾਮ ਉਹਨਾਂ ਦਾ ਪਤਾ ਠੀਕ ਨਹੀਂ ਰਿਹਾ। ਸੋ ਕਾਂਗਰਸ ਪਾਰਟੀ ਨੂੰ ਆਪਣੇ ਅੰਦਰ ਝਾਕ ਕੇ ਆਪਣੇ ਆਪ ਨੂੰ ਪੈਰਾਂ ਸਿਰ ਕਰਨ ਦੀ ਬਹੁਤ ਵੱਡੀ ਜ਼ਰੂਰਤ ਹੈ, ਤੇ ਆਪਣੀ ਹਉਮੈ ਤਿਆਗੇ ਬਿਨਾਂ, ਕਾਂਗਰਸ ਪਾਰਟੀ ਦੀ ਲੀਡਰਸ਼ਿਪ ਜੇ ਆਪਣੀ ਹਉਮੈ ਨਹੀਂ ਤਿਆਗੇਗੀ ਤਾਂ ਇਹ ਪੋਸੀਬਲ ਨਹੀਂ ਜੀ।
ਜੀ ਤੇ ਮੇਰਾ ਇੱਕ ਆਖਰੀ ਕੁਐਸਚਨ ਰਹੂਗਾ ਕਿ ਭਾਸ਼ਾ ਜਿੰਨੀਆਂ ਮਰਜ਼ੀ ਸਿੱਖ ਲਓ ਬਹੁਤ ਵਧੀਆ, ਪਰ ਜਿਵੇਂ ਭਾਸ਼ਾ ਥੋਪਣੀ ਕਿਸੇ ਤੇ ਉਹ ਬਹੁਤ ਮਾੜੀ ਗੱਲ ਆ। ਜਿਵੇਂ ਤਿੰਨ ਭਾਸ਼ਾ ਆ ਜਿਹੜੀ ਉਹ ਲੈਣੀਆਂ ਪੈਂਦੀਆਂ ਆ ਜੀ, ਤੇ ਦਿੱਲੀ ਦੇ ਵਿੱਚ ਕਹਿੰਦੇ ਕਿ ਬਹੁਤ ਸਾਰੇ ਬੱਚੇ ਪੰਜਾਬੀ ਪੜ੍ਹਨਾ ਚਾਹੁੰਦੇ ਆ ਪਰ ਉਹਨਾਂ ਨੂੰ ਸੰਸਕ੍ਰਿਤ ਪੜ੍ਹਨੀ ਪੈਂਦੀ ਆ। ਭਾਸ਼ਾ ਦਾ ਜਿਹੜਾ ਮਾਮਲਾ ਹੈ ਬਹੁਤ ਹੀ ਸਿੱਧਾ ਜਿਹਾ ਮਾਮਲਾ ਸਾਡੇ ਵੱਲੋਂ ਤਾਂ, ਜਿਹੜਾ ਤੁਸੀਂ ਜ਼ਿਕਰ ਕੀਤਾ ਪੰਜਾਬ ਦਾ ਜ਼ਿਕਰ ਕਰਨਾ ਹੋਵੇ ਤਾਂ ਪੰਜਾਬੀ ਸਾਡੀ ਮਾਂ ਭਾਸ਼ਾ ਹੈ, ਮਾਂ ਬੋਲੀ ਹੈ, ਲਾਜ਼ਮੀ ਤੌਰ ਤੇ ਭਾਸ਼ਾਵਾਂ ਜਿੰਨੀਆਂ। ਔਰ ਚੰਗੀ ਗੱਲ ਹੈ ਭਾਸ਼ਾ ਕਿਸੇ ਦਾ ਵਿਰੋਧ ਨਹੀਂ ਹੈ, ਪਰ ਮੈਂ ਕਹਿੰਦਾ ਹੁੰਦਾ ਕਿ ਆਪਣੀ ਮਾਂ ਦੀ ਕਬਰ ਦੇ ਉੱਤੇ ਮਹਿਲ ਉਸਾਰਨੇ ਜਿਹੜੇ ਹੈ ਇਸ ਤੋਂ ਵੱਡਾ ਗੁਨਾਹ ਕੋਈ ਨਹੀਂ ਹੋ ਸਕਦਾ। ਜੇ ਅਸੀਂ ਆਪਣੀ ਭਾਸ਼ਾ ਨੂੰ ਆਪਣੀ ਬੋਲੀ ਨੂੰ ਦਫ਼ਨ ਕਰਕੇ ਉੱਥੇ ਅੰਗਰੇਜ਼ੀ ਜਾਂ ਹਿੰਦੀ ਦੇ ਮਹਿਲ ਉਸਾਰਨੇ ਆ ਇਸ ਤੋਂ ਵੱਡਾ ਕੋਈ ਗੁਨਾਹ ਨਹੀਂ ਹੋ ਸਕਦਾ। ਹਿੰਦੀ ਸਿੱਖੋ, ਅੰਗਰੇਜ਼ੀ ਸਿੱਖੋ, ਫਰੈਂਚ ਸਿੱਖੋ, ਜੋ ਮਰਜ਼ੀ ਸਿੱਖੋ, ਕਿਸੇ ਤੇ ਰੋਕ ਥੋੜ੍ਹਾ ਆ, ਪਰ ਬੱਚਾ ਉਹੀ ਚੀਜ਼ ਜਿਹੜੀ ਆ ਬਿਹਤਰ ਸਿੱਖ ਸਕਦਾ ਜਿਹੜੀ ਆਪਣੀ ਮਾਂ ਬੋਲੀ ਰਾਹੀਂ ਜਾਂ ਮਾਂ ਭਾਸ਼ਾ ਰਾਹੀਂ ਸਿੱਖੇਗਾ। ਹਰਿਆਣੇ ਦੇ ਵਿੱਚ ਕੀ ਹੋਇਆ, ਹੋਰ ਦੂਜੀ ਭਾਸ਼ਾ ਉੱਥੇ ਪੰਜਾਬੀ ਹੈ, ਹਰਿਆਣੇ ਦੇ ਵਿੱਚ ਕਈ ਸਾਲ ਤਾਮਿਲ ਜਿਹੜੀ ਦੂਜੀ ਭਾਸ਼ਾ ਬਣਾ ਕੇ ਰੱਖੀ ਗਈ ਜੀ। ਬੜੀ ਜ਼ਬਰਦਸਤ ਲੜਾਈ ਅਸੀਂ ਉੱਥੇ ਲੜੀ ਹੈ ਪੰਜਾਬੀ ਲੇਖਕਾਂ ਨੇ, ਪੰਜਾਬੀ ਲੋਕਾਂ ਨੇ। ਸਾਡੇ ਆਪਣੇ ਪੰਜਾਬ ਦੇ ਵਿੱਚ ਹਰਿਆਣੇ ਚ ਬਾਅਦ ਚ ਪੰਜਾਬੀ ਕਰਤੀ, ਤੇਲਗੂ ਛੱਡਤੀ, ਸਾਡੇ ਆਪਣੇ ਪੰਜਾਬ ਦੇ ਵਿੱਚ ਹਾਲੇ ਤੱਕ ਪੰਜਾਬੀ ਨੂੰ ਉਹ ਰੁਤਬਾ ਨਹੀਂ ਮਿਲਿਆ ਜਿਹੜਾ ਰੁਤਬਾ ਚ ਹੋਣਾ ਚਾਹੀਦਾ। 2008 ਦੇ ਵਿੱਚ ਨਵਾਂ ਰਾਜ ਭਾਸ਼ਾ ਐਕਟ ਬਣਿਆ, ਉਹਦੇ ਚ ਵੀ ਚੋਰ ਬੋਰੀਆਂ ਰੱਖ ਲਈਆਂ ਗਈਆਂ। ਜੇ ਨਹੀਂ ਸਰਕਾਰੀ ਅਫਸਰ ਕੋਈ ਪੰਜਾਬੀ ਭਾਸ਼ਾ ਚ ਕੰਮ ਕਰਦਾ, ਚਿੱਠੀ ਪੱਤਰ ਕਰਦਾ, ਤੇ ਸਜ਼ਾ ਨਹੀਂ ਉਹ ਦਿੱਤੀ ਜਾ ਸਕਦੀ। ਇਹਦੇ ਲਈ ਵੀ ਰੌਲਾ ਪਾ ਰਹੇ ਹਾਂ ਅਸੀਂ, ਕੇਂਦਰੀ ਪੰਜਾਬੀ ਲੇਖ ਸਭਾ ਵਾਲੇ ਵੀ, ਪੰਜਾਬੀ ਲੇਖਕ ਵੀ, ਪੰਜਾਬੀ ਲੋਕ ਵੀ ਭਾਈ ਆਪਣੇ ਸੂਬੇ ਦੇ ਵਿੱਚ ਤਾਂ ਪੰਜਾਬੀ ਨੂੰ ਤੁਸੀਂ ਉਹ ਰੁਤਬਾ ਦੇ ਦਿਓ, ਪਰ ਅੰਗਰੇਜ਼ੀ ਨੂੰ ਰੁਜ਼ਗਾਰ ਨਾਲ ਜੋੜ ਕੇ ਭੁਲੇਖੇ ਖੜੇ ਕੀਤੇ ਜਾਂਦੇ ਆ ਤੇ ਪੰਜਾਬੀ ਦੀ ਬੇਕਦਰੀ ਕੀਤੀ ਜਾਂਦੀ। ਦਿੱਲੀ ਦੇ ਵਿੱਚ ਵੱਡੀ ਉਸ ਪੰਜਾਬੀ ਦੀ, ਪੰਜਾਬੀ ਉੱਥੇ ਲੋਕ ਪੜ੍ਹਨਾ ਚਾਹੁੰਦੇ ਆ ਪਰ ਉੱਥੇ ਪ੍ਰਬੰਧ ਕੋਈ ਨਹੀਂ, ਨਾ ਹੀ ਸਰਕਾਰ ਨੇ ਪੰਜਾਬ ਉੱਦਾਂ ਹੀ ਠੀਕ ਹੈ ਕਿ ਉੱਥੇ ਪੰਜਾਬੀ ਅਕੈਡਮੀ ਬਣੀ ਹੋਈ ਹੈ ਤੇ ਉਹਦੇ ਵਾਸਤੇ ਵੀ ਫੰਡਸ ਕਾਫੀ ਹੁੰਦੇ ਆ, ਪਰ ਪੰਜਾਬੀ ਨੂੰ ਜਿਹੜਾ ਇੱਕ ਸਰਕਾਰੀ ਤੌਰ ਦੇ ਉੱਤੇ ਇੱਕ ਅਪਰੋਚ ਕਰਕੇ ਪੰਜਾਬੀ ਨੂੰ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਉਹਨਾਂ ਨੂੰ ਪੂਰੀ ਤਰ੍ਹਾਂ ਅਧਿਆਪਕ ਮੁਹੱਈਆ ਕਰਾਉਣੇ ਤੇ ਉਹਨੂੰ ਨੀਤੀ ਦਾ ਹਿੱਸਾ ਬਣਾਉਣਾ, ਭਾਸ਼ਾ ਨੀਤੀ ਦਾ ਹਿੱਸਾ ਬਣਾਉਣਾ, ਉਹਦੇ ਚ ਦਿੱਲੀ ਦੇ ਵਿੱਚ ਹਾਲੇ ਬਹੁਤ ਸਾਰੀਆਂ ਚੀਜ਼ਾਂ ਕਰਨ ਵਾਲੀਆਂ। ਮੈਨੂੰ ਲੱਗਦਾ ਨਵੀਂ ਸਰਕਾਰ ਜਦੋਂ ਆਏਗੀ, ਕਿਉਂਕਿ ਹੁਣ ਉੱਥੇ ਸਰਕਾਰ ਨਹੀਂ, ਨਵੀਂ ਸਰਕਾਰ ਦੇ ਉੱਤੇ ਪੰਜਾਬੀ ਲੋਕਾਂ ਦਾ ਤੇ ਜਿਹੜੇ ਦਿੱਲੀ ਚ ਰਹਿ ਰਹੇ ਆ ਤੇ ਨਾਲ ਨਾਲ ਪੰਜਾਬੀ ਲੇਖਕਾਂ ਦਾ ਇੱਕ ਦਬਾਅ ਬਣਾਉਣ ਦਾ ਫਲ ਜ਼ਰੂਰ ਰਹੇਗਾ ਤਾਂ ਜੋ ਪੰਜਾਬੀ ਨੂੰ ਦਿੱਲੀ ਦੇ ਵਿੱਚ ਸਹੀ ਰੁਤਬਾ ਮਿਲ ਸਕੇ। ਜੀ ਬਹੁਤ ਬਹੁਤ ਧੰਨਵਾਦ ਸੁਸ਼ੀਲ ਦਸਾਂਝ ਜੀ। ਮਿਹਰਬਾਨੀ ਬਲਵਿੰਦਰ ਜੀ, ਤੇ ਅਗਲੇ ਵੀਕ ਫਿਰ ਇੱਦਾਂ ਮੁਲਾਕਾਤ ਹੋਏਗੀ ਤੇ ਮੈਂ ਇੱਕ ਵਾਰ ਫਿਰ ਦੱਸਦਾ ਕਿ ਕੁਝ ਵਾਸਤੇ ਕੰਮ ਸਿੱਧੂ ਤੁਹਾਡੇ ਵਾਸਤੇ ਨਿਊਜ਼ ਬੁਲੇਟਿਨ ਲੈ ਕੇ ਆਇਆ ਕਰਨਗੇ ਤੇ ਹੁਣ ਜੋ ਸੁਸ਼ੀਲ ਦਸਾਂਝ ਨੂੰ ਆ ਗਿਆ, ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਜੀ। ਹਾਂ ਜੀ ਸਰੋਤਿਓ, ਇਹ ਸਨ ਸੁਸ਼ੀਲ ਦਸਾਂਝ ਜੋ ਸਾਡੇ ਨਾਲ ਜੁੜੇ ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਉੱਥੇ ਕੀ ਕੁਛ ਹੁੰਦਾ ਤਾਂ ਇਸ ਪ੍ਰੋਗਰਾਮ ਨੂੰ ਸਪੈਸ਼ਲੀ ਆਲ ਸਟਾਰ ਟਰੈਵਲ ਵਾਲਿਆਂ ਨੇ ਸਪੌਂਸਰ ਕੀਤਾ ਸੀ ਜੀ, ਜਿਹਨਾਂ ਦਾ ਫੋਨ ਨੰਬਰ 707-552-7955। ਇਹ ਇੰਡੀਆ ਨੂੰ ਜਾਣ ਦੀਆਂ ਸਸਤੀਆਂ ਟਿਕਟਾਂ ਦਿੰਦੇ ਨੇ ਜੀ। ਫੋਨ ਨੰਬਰ ਇੱਕ ਵਾਰੀ ਫੇਰ 707-552-7955, ਇਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ। ਮੇਰੇ ਵੱਲੋਂ ਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ।